ਅਜੀਤ ਵੈਬ ਟੀਵੀ ਦੇ ਦਰਸ਼ਕਾਂ ਲਈ ਅੱਜ ਸਾਡੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਜਨਨਲ ਅਸੀਂ ਜੋ ਪੰਜਾਬ 'ਚ ਅੱਜ ਵਾਪਰ ਰਿਹਾ ਹੈ ਜੋ ਸਰਗਰਮੀਆਂ ਚੱਲ ਰਹੀਆਂ ਨੇ ਜਿਵੇਂ ਇੱਕ ਸਾਡੇ ਸਾਹਮਣੇ ਇਸ਼ੂ ਆਇਆ ਪਿਛਲੇ ਕੁਝ ਦਿਨਾਂ ਤੋਂ ਰਾਜ ਦੇ ਮੁਖ ਸਕੱਤਰ ਨੂੰ ਲੈ ਕੇ ਜਿਵੇਂ ਪਾਰਟੀ 'ਚ ਔਰ ਸਰਕਾਰ 'ਚ ਜਿਹੜਾ ਉਬਾਲ ਆਇਆ ਉਹ ਉਹਨਾਂ ਬਾਰੇ ਅਸੀਂ ਬਾਜਵਾ ਸਾਹਿਬ ਨਾਲ ਗੱਲ ਕਰਾਂਗੇ ਬਾਜਵਾ ਸਾਹਿਬ ਬੜੇ ਇੱਕ ਤਜਰਬੇਕਾਰ ਆ ਸਿਆਸਤਦਾਨ ਨੇ ਜਿਨ੍ਹਾਂ ਨੇ ਚਾਰ ਵਾਰੀ ਐਮਐਲਏ ਬਣੇ ਨੇ ਮੰਤਰੀ ਰਹੇ ਨੇ ਪੰਜਾਬ ਦੇ ਚਾਰ ਵਾਰੀ ਕੈਬਨਿਟ ਮੰਤਰੀ ਰਹੇ ਨੇ ਔਰ ਸੰਸਦ ਅੱਜਕੱਲ੍ਹ ਲੋਕ ਸਭਾ ਦੇ ਵੀ ਮੈਂਬਰ ਰਹਿ ਚੁੱਕੇ ਨੇ ਅੱਜਕੱਲ੍ਹ ਰਾਜ ਸਭਾ ਦੇ ਮੈਂਬਰ ਨੇ ਅਸੀਂ ਉਹਨਾਂ ਨਾਲ ਇਹਨਾਂ ਸਾਰੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਾਂਗੇ ਬਾਜਵਾ ਸਾਹਿਬ ਅ ਵੈਲਕਮ ਹੈ ਤੁਹਾਨੂੰ ਅਜੀਤ ਟੀਵੀ ਪੱਲੂ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਤੁਹਾਡੇ ਵੈਬ ਟੀਵੀ ਦਾ ਬਾਜਵਾ ਸਾਹਿਬ ਜਿਹੜੇ ਪੰਜਾਬ ਚ ਮਗਰਲੇ ਕੁਝ ਦਿਨਾਂ ਤੋਂ ਹਾਲਾਤ ਬਣ ਰਹੇ ਨੇ ਤੁਸੀਂ ਵੀ ਉਹਨਾਂ ਨੂੰ ਵਾਚ ਰਹੇ ਹੋ ਪੰਜਾਬ ਤੇ ਜਿਹੜੇ ਮੁਖਸਕਤਰ ਨੇ ਉਹ ਇੱਕ ਤਰ੍ਹਾਂ ਨਾਲ ਪੂਰਨ ਤੌਰ ਤੇ ਟਕਰਾਵ ਚ ਆ ਗਏ ਨੇ ਕਾਂਗਰਸ ਦੇ ਜਿਹੜੇ ਤੁਹਾਡੀ ਸਰਕਾਰ ਚ ਮੰਤਰੀ ਨੇ ਉਹਨਾਂ ਦੇ ਨਾਲ ਕਾਂਗਰਸ ਦੇ ਮੰਤਰੀ ਇਸ ਹੱਦ ਤੱਕ ਉਹਨਾਂ ਤੋਂ ਨਾਰਾਜ਼ ਨੇ ਕਿ ਉਹਨਾਂ ਨੇ ਇੱਕ ਮਤਾ ਪਾਸ ਕਰ ਦਿੱਤਾ ਕੈਬਨਿਟ ਦੇ ਵਿੱਚ ਯੂਨਾਨੀਮਸਲੀ ਕਿ ਉਹ ਕਿਸੇ ਇਹੋ ਜੀ ਮੀਟਿੰਗ 'ਚ ਸ਼ਾਮਲ ਨਹੀਂ ਹੋਣਗੇ ਜਿੱਥੇ ਮੁਖ ਸਖਤਰ ਸਾਹਿਬ ਹਾਜ਼ਰ ਹੋਣਗੇ ਮੁੱਖ ਮੰਤਰੀ ਨੇ ਭਾਵੇਂ ਮਗਲੇ ਦਿਨਾਂ ਚ ਉਹਨਾਂ ਦਾ ਵਿਭਾਗ ਬਦਲਣ ਦਾ ਫੈਸਲਾ ਲਿਆ ਲੇਕਿਨ ਉਹਨਾਂ ਨੂੰ ਬੜੀ ਜ਼ੋਰਦਾਰ ਮੰਗ ਦੇ ਬਾਵਜੂਦ ਮੁਖ ਸਖਤਰ ਦੇ ਅਹੁਦੇ ਤੋਂ ਵਖਰੇ ਨਹੀਂ ਕੀਤਾ ਗਿਆ ਔਰ ਜਦੋਂ ਕਿ ਪਾਰਟੀ ਵੱਲੋਂ ਬੜੀ ਜ਼ੋਰਦਾਰ ਇਹ ਡਿਮਾਂਡ ਉੱਠ ਰਹੀ ਉਹਨਾਂ ਦੇ ਖਿਲਾਫ ਮੁਖ ਸਕੱਤਰ ਦੇ ਖਿਲਾਫ ਚਾਰਜਸ ਵੀ ਲੱਗ ਰਹੇ ਨੇ ਕਿ ਉਹਨਾਂ ਦੇ ਖਿਲਾਫ ਜਾਂਚ ਹੋਵੇ ਔਰ ਉਹਨਾਂ ਨੂੰ ਮੁਖ ਸਕੱਤਰ ਦੇ ਅਹੁਦੇ ਤੋਂ ਵਕਤ ਕੀਤਾ ਜਾਏ ਤੁਸੀਂ ਇਹਦੇ ਬਾਰੇ ਕੀ ਮਹਿਸੂਸ ਕਰਦੇ ਹੋ ਵੇਖੋ ਹਰ ਕਵਲਤੀ ਇਸ ਤਰ੍ਹਾਂ ਹੈ ਕਿ ਲੋਕ ਰਾਜ ਦੇ ਵਿੱਚ ਕਿਉਂਕਿ ਹਿੰਦੁਸਤਾਨ 'ਚ ਡੈਮੋਕ੍ਰੇਸੀ ਹੈ ਲੋਕ ਰਾਜ ਦੇ ਵਿੱਚ ਹਮੇਸ਼ਾ ਤਾਕਤ ਜਦੋਂ ਵੀ ਕੋਈ ਸਰਕਾਰ ਬਣਾਉਂਦੀ ਹੈ ਉਹਨਾਂ ਦੇ ਕਾਡਰਸ ਦੇ ਕੋਲ ਰਹਿੰਦੀ ਹੈ ਉਹਨਾਂ ਦੇ ਉਹਨਾਂ ਦੇ ਹੀ ਮਿਨਿਸਟਰ ਹੁੰਦੇ ਉਹਨਾਂ ਦੇ ਹੀ ਐਮਐਲਏਸ ਹੁੰਦੇ ਨੇ ਉਹਨਾਂ ਦਾ ਹਮੇਸ਼ਾ ਇਹ ਹੁੰਦਾ ਕਿ ਕਾਡਰ ਜਿਹੜਾ ਥੱਲੇਡੇ ਲੈਵਲ ਤੱਕ ਉਹਨੂੰ ਅਸੀਂ ਤਾਕਤ ਬਖਸ਼ਣੀ ਹੈ ਅਫਸਰ ਸ਼ਾਇਦ ਇੰਨਾ ਕਾਮੇ ਕਿ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਸੁਚੱਜੇ ਢੰਗ ਦੇ ਨਾਲ ਇੰਪਲੀਮੈਂਟ ਕੀਤਾ ਜਾਏ ਲੋਕਾਂ ਨੂੰ ਉਹਦਾ ਐਡਵਾਂਟੇਜ ਮਿਲੇ ਤਾਂ ਇਹ ਇੱਕ ਮਕਸਦ ਹੁੰਦਾ ਹੈ ਸਰਕਾਰਾਂ ਦਾ ਜਿਹੜੇ ਬਿਊਰੋਕਰੇਟਸ ਹੁੰਦੇ ਨੇ ਬਦਕਿਸਮਤੀ ਦੇ ਨਾਲ ਮੈਨੂੰ ਇਹ ਤੁਹਾਡੇ ਟੀਵੀ ਚੈਨਲ ਤੇ ਇਹ ਕਬੂਲਣਾ ਪਵੇਗਾ ਕਿ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਰੁਝਾਨ ਸਾਡੀ ਸਰਕਾਰ ਦਾ ਰਿਹਾ ਇਹਦੇ ਵਿੱਚ ਜ਼ਿਆਦਾ ਬੋਲਬਾਲਾ ਅਫਸਰਾਂ ਦਾ ਰਿਹਾ ਜਿੱਥੇ ਕਾਂਗਰਸ ਦੇ ਕਾਡਰਸ ਦਾ ਬੋਲਬਾਲਾ ਜਾਂ ਕਾਂਗਰਸ ਦੇ ਐਮਐਲਏਜ਼ ਦਾ ਤੇ ਮਨਿਸਟਰਸ ਦਾ ਰਹਿਣਾ ਚਾਹੀਦਾ ਸੀ ਕਿਉਂਕਿ ਪੋਲਿਟੀਕਲ ਗਵਰਨਮੈਂਟ ਹੈ ਇੱਥੇ ਬੋਲਬਾਲਾ ਹੈ ਅਫਸਰਾਂ ਦਾ ਤੇ ਅਫਸਰਾਂ ਦਾ ਬੋਲਬਾਲਾ ਡੈਮੋਕਰੈਟਿਕ ਸਿਸਟਮ 'ਚ ਨਹੀਂ ਹੁੰਦਾ ਇਹ ਉਦੋਂ ਹੁੰਦਾ ਜਦੋਂ ਕਿਤੇ ਰਾਸ਼ਟਰਪਤੀ ਰਾਜ ਹੋਏ ਗਵਰਨਰ ਦਾ ਰਾਜ ਹੋਏ ਸੋ ਇਹਦਾ ਇੱਕ ਬੇਸਿਕ ਰੀਜ਼ਨ ਇਹ ਹੋਇਆ ਕਿ ਲੋਕਾਂ ਵਿੱਚ ਬੜੀ ਦੇਰ ਦੀ ਇੱਕ ਸੁਲਗਦੀ ਹੋਈ ਅੱਗ ਸੀ ਜਿਹੜੀ ਹੁਣ ਪੰਬੜ ਦਾ ਰੂਪ ਧਾਰਨ ਕਰ ਰਹੀ ਏ ਲੋਕਾਂ ਚ ਫਰਸਟ੍ਰੇਸ਼ਨ ਸੀ ਹੁਣ ਐਮ ਐਲ ਏਜ਼ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਰਹਿ ਗਏ ਨੇ ਸਾਰੇ 1.5 ਸਾਲ ਸਰਕਾਰ ਦਾ ਕੋਈ ਬਹੁਤੇ ਲੰਬਾ ਚੌੜਾ ਇਹਨਾਂ ਨੂੰ ਨਾ ਤੇ ਪੈਸੇ ਮਿਲੇ ਨੇ ਆਪਣੇ ਏਰੀਆ ਦੀ ਤਰੱਕੀ ਵਾਸਤੇ ਕਰੋਨਾ ਤੋਂ ਪਹਿਲੇ ਬਦਕਿਸਮਤੀ ਮੈਂ ਸਮਝਣਾ ਇਹ ਸਰਕਾਰ ਦੀ ਬੜੀ ਵੱਡੀ ਕਿ ਅਜੇ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀ ਕਿ ਪਿਛਲੇ 2 ਸਾਲਾਂ ਦੇ ਵਿੱਚ 25-25 ਕਰੋੜ ਰੁਪਈਆ ਹਰੇ ਮੈਨੂੰ ਆਪਣੇ ਅਸੈਂਬਲੀ ਹਲਕੇ ਦੇ ਵਾਸਤੇ ਡਵੈਲਪਮੈਂਟ ਵਾਸਤੇ ਦਿੱਤਾ ਜਾਏਗਾ ਜੋ ਅੱਜ ਹਾਲਾਤ ਨੇ ਗਵਰਨਮੈਂਟ ਕੋ ਤੇ ਆਮਦਨ ਦਾ ਜ਼ਰੀਆ ਹੀ ਕੋਈ ਨਹੀਂ ਰਹਿ ਗਿਆ ਮੈਂ ਪਰਸੋਂ ਹੀ ਕੈਪਟਨ ਰਮਨਦਰ ਸਿੰਘ ਜੀ ਨੂੰ ਸੁਣ ਰਿਹਾ ਸੀ ਜਦੋਂ ਉਹ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਸੀ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਤੇ ਉੱਥੇ ਕੈਪਟਨ ਸਾਹਿਬ ਇਹ ਗੱਲ ਕਹਿ ਰਹੇ ਸਨ ਮੋਦੀ ਜੀ ਨੂੰ ਕਿ ਤਕਰੀਬਨ 4000 ਰੁਪਇਆ ਸਾਨੂੰ ਜਿਹੜਾ ਦਿਨ ਦੀ ਆਮਦਨ ਹੈ ਪੰਜਾਬ ਤੇ 4000 ਦੀ ਜਗ੍ਹਾ ਤੇ ਸਾਨੂੰ 400 ਰੁਪਏ ਆ ਰਿਹਾ ਉਹਦਾ ਮਤਲਬ ਹੋਇਆ ਕਿ 4000 ਦਾ ਮਤਲਬ 48000 ਕਰੋੜ ਰੁਪਏ ਸਾਲ ਦਾ ਤੇ 400 ਦਾ ਮਤਲਬ ਹੋਇਆ 4800 ਕਰੋੜ ਰੁਪਏ ਸਾਲ ਦਾ ਉਹਦਾ ਮਤਲਬ ਹੈ ਕਿ ਇਨਸਟੇਡ ਆਫ 50000 ਕਰੋੜ ਜਿਹੜਾ ਸਾਨੂੰ ਆਣਾ ਚਾਹੀਦਾ ਕਰੋਨਾ ਦੇ ਵਿੱਚ ਜੇ ਇਹੀ ਕੰਮ ਸਾਲ ਚੱਲਦਾ ਰਿਹਾ ਤੇ ਸਾਨੂੰ 5 ਕਰੋੜ ਆਏਗਾ ਮੈਨੂੰ ਇੱਕ ਬੜਾ ਵੱਡਾ ਫਿਕਰ ਹੈ ਕਿ ਇਹਦੇ ਵਿੱਚ ਅਸੀਂ ਲੋਕਾਂ ਦੀਆਂ ਤਨਖਾਹਾਂ ਕਿਸ ਤਰ੍ਹਾਂ ਦੇਾਂਗੇ ਸਰਕਾਰੀ ਮੁਲਾਜ਼ਮਾਂ ਦੀਆਂ ਪੈਨਸ਼ਨਰ ਨੂੰ ਪੈਨਸ਼ਨ ਕਿਸ ਤਰ੍ਹਾਂ ਦਵਾਂਗੇ ਗਵਰਨਮੈਂਟ ਦੇ ਜਿਹੜੇ ਸੋਸ਼ਲ ਵੈਲਫੇਅਰ ਦੇ ਪ੍ਰੋਗਰਾਮ ਜਨੇ ਆਟਾ ਦਾਲ ਇਹ ਦੂਸਾ ਜੋਤ ਹੈ ਉਹ ਕਿਸ ਤਰ੍ਹਾਂ ਸੀ ਕਰਾਂਗੇ ਬੈਂਕਾਂ ਦੇ ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਾਂ ਦੇ ਜਿਹੜੇ 2.5 ਲੱਖ ਕਰੋੜ ਦੇ ਕਰਜ਼ੇ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਉਹ ਬੈਂਕਾਂ ਦੇ ਜਿਹੜੇ ਸੂਦ ਨੇ ਉਹਨਾਂ ਨੂੰ ਤੁਸੀਂ ਦੇ पाओगे ਸੋ ਇਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਕਨਸਟੀਟਿਊਸ਼ਨਲੀ ਸਾਡੇ ਸਾਹਮਣੇ ਇਹ ਪ੍ਰੋਬਲਮ ਆਈ ਹੈ ਇਹਦੀ ਬੈਕਗ੍ਰਾਉਂਡ ਵੀ ਜ਼ਿਆਦਾ ਹੀ ਹੋਈ ਹੈ ਕਿ ਜਦੋਂ ਪ੍ਰੀ ਆ ਤੁਹਾਨੂੰ ਪਤਾ ਹੈ ਕੈਬਨਟ ਮੀਟਿੰਗ ਹੋਈ ਤੇ ਸਾਡੇ ਮਿਨਿਸਟਰਸ ਜਿਹੜੇ ਨੇ ਉਹਨਾਂ ਨੂੰ ਚੀਫ ਸਕੱਟਰੀ ਸਾਹਿਬ ਨੂੰ ਇਹ ਗੱਲ ਕਹੀ ਕਿ ਚੀਫ ਸਕੱਟਰੀ ਸਾਹਿਬ ਜਿਹੜੇ ਦੋ ਤਿੰਨ ਵਿਭਾਗ ਸਾਰਿਆਂ ਨਾਲੋਂ ਵੱਧ ਕੰਟ੍ਰਿਬਿਊਟ ਕਰਦੇ ਨੇ ਪੰਜਾਬ ਦੇ ਬਜਟ ਦੇ ਵਿੱਚ ਪੰਜਾਬ ਦੇ ਐਕਸਟੈਕਰ ਦੇ ਵਿੱਚ ਉਹਦੇ ਵਿੱਚ ਇੱਕ ਸਾਈਜ਼ ਹਮੇਸ਼ਾ ਹੀ ਦੇ ਐਕਸਾਈਜ਼ ਟੈਕਸੇਸ਼ਨ ਹਮੇਸ਼ਾ ਕਿਉਂਕਿ ਹਾਈਐਸਟ ਦੋ ਸੂਬੇ ਜਿਨ੍ਹਾਂ ਵਿੱਚ ਮੈਕਸਿਮਮ ਕੰਜ਼ਮਪਸ਼ਨ ਸ਼ਰਾਬ ਦੀ ਹੈ ਉਹਦੇ ਵਿੱਚ ਇੱਕ ਪੰਜਾਬ ਤੇ ਕੇਰਲ ਹੈ ਤੋਂ ਉਹਨੇ ਕਿਹਾ ਕਿ ਜੀ 3 ਸਾਲ ਦੀ ਪਾਲਿਸੀ ਵੀ ਤੁਸੀਂ ਬਣਾ ਰਹੇ ਹੋ ਕਿਉਂਕਿ ਇਸ ਵਿਭਾਗ ਦੇ ਮਿਨਿਸਟਰ ਵੀ ਚੀਫ ਮਿਸਟਰ ਸਾਹਿਬ ਨੇ ਕੈਪਟਨ ਰਮਿੰਦਰ ਸਿੰਘ ਨੇ ਜਿਹੜੇ ਪੰਜ ਚਾਰ ਮਹਿਕਮੇ ਰੱਖੇ ਨੇ ਜਿਨ੍ਹਾਂ ਵਿੱਚ ਜਨਰਲ ਐਡਮਿਨਿਸਟ੍ਰੇਸ਼ਨ ਹੈ ਜਿਹਦੇ ਵਿੱਚ ਹੋਮ ਡਿਪਾਰਟਮੈਂਟ ਹੈ ਪੁਲਿਸ ਦਾ ਮਹਿਕਮਾ ਹੈ ਉਹਦੇ ਵਿੱਚ ਪਾਵਰ ਦਾ ਮਹਿਕਮਾ ਹੈ ਉਹਦੇ ਵਿੱਚ ਐਕਸਾਈਜ਼ ਐਂਡ ਟੈਕਸੇਸ਼ਨ ਹੈ ਤੇ ਇਹਦੇ ਵਿੱਚ ਇੱਕ ਅਜੀਬੋ ਗਰੀਬ ਚੀਜ਼ ਜਿਹੜੀ ਹਰਕਵਲ ਜੀ ਵੇਖਣ ਨੂੰ ਮਿਲੀ ਏ ਕਿ ਜਿਹੜਾ ਚੀਫ ਸੈਕਟਰੀ ਹੁੰਦਾ ਉਹ ਚੀਫ ਮਿਨਿਸਟਰ ਵਰਗਾ ਸਾਰੇ ਸੂਬੇ ਦਾ ਮਾਲਕ ਹੁੰਦਾ ਚੀਫ ਮਿਨਿਸਟਰ ਤੇ ਓਵਰਆਲ ਮਾਲਕ ਹੈ ਐਡਮਿਨਿਸਟ੍ਰੇਸ਼ਨ ਦਾ ਵੀ ਮਾਲਕ ਹੈ ਹਰ ਚੀਜ਼ ਦਾ ਮਾਲਕ ਉਹੀ ਹੁੰਦਾ ਪੋਲੀਟੀਕਲੀ ਵੀ ਹੀ ਇਜ਼ ਦੀ ਬਾਸ ਚੀਫ ਸੈਕਟਰੀ ਇਜ਼ ਦੀ ਬਾਸ ਆਫ ਦੀ ਐਡਮਿਨਿਸਟ੍ਰੇਸ਼ਨ ਤੇ ਇਹਨਾਂ ਨੇ ਉਹਦੇ باوجود ਵੀ ਕਿ ਬੈੜੀ ਵਿਭਾਗ ਦੇ ਇੰਚਾਰਜ ਹਨ ਇਹਨਾਂ ਨੇ ਐਕਸਾਈਜ਼ ਦਾ ਡਿਪਾਰਟਮੈਂਟ ਵੀ ਆਪਣੇ ਕੋਲ ਰੱਖ ਲਿਆ ਤਾਂ ਲੋਕਾਂ ਨੇ ਸਵਾਲ ਕੀਤਾ ਜੀ ਕਿ ਜਦੋਂ ਦੋ ਸਾਰੇ ਨੂੰ ਪਾਵਰਫੁਲ ਪਰਸਨੈਲਿਟੀ ਸੂਬੇ ਦੀਆਂ ਜਿਨ੍ਹਾਂ ਦੇ ਰਸਤੇ ਵਿੱਚ ਕੋਈ ਅੜਚਣ ਨਹੀਂ ਆ ਸਕਦੀ ਉਹਨਾਂ ਨੂੰ ਐਕਸਾਈਜ਼ ਦਾ ਵਿਭਾਗ ਦਿੱਤਾ ਹੈ ਤੇ ਐਕਸਾਈਜ਼ 2000 ਕਰੋੜ ਰੁਪਈਆ ਜਿਹੜਾ ਤਿੰਨ ਸਾਲਾਂ ਚ ਘਟਿਆ ਇਹਦਾ ਸਾਨੂੰ ਦੱਸੋ ਜ਼ਿੰਮੇਵਾਰ ਕੌਣ ਹੈ ਉਸ ਗੱਲ ਦੇ ਵੇਚੀ ਇਹਨਾਂ ਦੀ ਤਲਖੀ ਹੋਈ ਤਲਖੀ ਨੂੰ ਰੋਕਣ ਵਾਸਤੇ ਇੱਕ ਅੱਗੇ ਨਾ ਵਧੇ ਕਿਉਂਕਿ ਬਹੁਤ ਸਾਰੇ ਹੋਰ ਅਫਸਰ ਵੀ ਉਹਦੇ ਵਿੱਚ ਸ਼ਰੀਕ ਸਨ ਇਹਨਾਂ ਮਨਿਸਟਰਸ ਜਿਹਨੇ ਬਹਿਤਰ ਸਮਝਿਆ ਕਿ ਅਸੀਂ ਆਪਣੀ ਇੱਜ਼ਤ ਆਪਣੀ ਦਸਤਾਰ ਨੂੰ ਬਚਾ ਕੇ ਹੋਏ ਮੀਟਿੰਗ ਚ ਉੱਠ ਪਈਏ ਤਾਂ ਪਹਿਲੇ ਇੱਕ ਮੰਤਰੀ ਸਾਹਿਬ ਉੱਠੇ ਫਿਰ ਦੂਜੇ ਉੱਠੇ ਫਿਰ ਤੀਜੇ ਉੱਠੇ ਫਿਰ ਸਾਰੀ-ਸਾਰੀ ਕੈਬਨਟ ਉੱਠ ਗਈ ਉਸ ਤੋਂ ਬਾਅਦ ਅਲਟੀਮੇਟਲੀ ਸਰਬਸੰਮਤੀ ਨਾਲ ਸਾਰੀ ਕੈਬਨਟਰੀ ਫੈਸਲਾ ਕੀਤਾ ਤੇ ਆਪਣੇ ਬੌਸ ਨੂੰ ਜਿਹੜਾ ਟੀਮ ਦਾ ਕਪਤਾਨ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਿਹਾ ਕਿ ਕੈਪਟਨ ਸਾਹਿਬ ਪਹਿਲੇ ਤੇ ਪਾਣੀ ਸੀ ਅਫਸਰਾਂ ਦਾ ਨੱਕ ਤੋਂ ਥੱਲੇ ਤੱਕ ਪਾਣੀ ਸੀ ਅਸੀਂ ਬਰਦਾਸ਼ਤ ਕਰੀ ਜਾਂਦੇ ਸੀ ਹੁਣ ਇਹ ਸਿਰ ਦੇ ਉੱਤੋਂ ਦੀ ਚਲਾ ਗਿਆ ਹੁਣੇ ਕਿਰਪਾ ਕਰਕੇ ਫੈਸਲਾ ਕਰ ਲਓ ਕਿ ਤੁਸੀਂ ਆਪਣੇ ਜਿਹੜੇ ਕਲੀਕਸ ਨੇ ਕੈਬਨਿਟ ਮਨਿਸਟਰ ਕਿ ਉਹਨਾਂ ਦੀ ਇੱਜ਼ਤ ਬਹਾਲ ਰੱਖਣੀ ਹੈ ਕਿ ਇਹਨਾਂ ਅਫਸਰਾਂ ਦੀ ਰੱਖਣੀ ਹੈ ਚਲੋ ਇਹ ਸਾਰੇ ਕੰਮ ਦੇ ਵਿੱਚੋਂ ਹਰ ਕਬਲ ਜੀ ਇੱਕ ਚੀਜ਼ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਚੀਫ ਸਕੱਟਰੀ ਨੂੰ ਤੇ ਮਾਰਚਿੰਗ ਆਰਡਰਸ ਦਿੱਤੇ ਨਹੀਂ ਉਹਦੇ ਕੋ ਮਹਿਕਮਾ ਐਕਸਾਈਜ਼ ਦਾ ਲੈ ਲਿਆ ਉਹਨੂੰ ਰੀਟੇਨ ਕਰ ਲਿਆ ਨੰਬਰ 1 ਤੇ ਉਸ ਤੋਂ ਬਾਅਦ ਅਚਾਨਕ ਇੱਕ ਦੇ ਦਿਨ ਤੋਂ ਬਾਅਦ ਕਾਂਗਰਸ ਦੇ ਕਐਮਐਲਏ ਸਾਡੇ ਜਿਹੜੇ ਨੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਟਵੀਟ ਕਰ ਦਿੱਤਾ ਕਿ ਚੀਫ ਮਿਨਿਸਟਰ ਸਾਹਿਬ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਰਿਲਾਈਬਲ ਸੋਰਸਸ ਤੋਂ ਕਿ ਚੀਫ ਸਕੱਟਰੀ ਸਾਹਿਬ ਦਾ ਸੈਬ ਜ਼ਿਆਦਾ ਜਿਹੜਾ ਉਹ ਇਸੇ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਇਨਵੋਲਡ ਹੈ ਉਹ ਜਗਤਜੀਤ ਜਿਹੜੀ ਡਿਸਟਿਲਰੀ ਹੈ ਹਮੀਰੀਏ ਦੇ ਵਿੱਚ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਉਹਨਾਂ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਇਨਵੋਲਡ ਹੈ ਸੋ ਇਹ ਜਿਹੜਾ ਹੈ ਇਹ ਚੀਜ਼ ਬਣ ਜਾਂਦੀ ਇਹਨੂੰ ਕਹਿੰਦੇ ਨੇ ਆਪਣਾ ਕਨਫਲਿਕਟ ਆਫ ਇੰਟਰਸਟ ਕਿ ਇਹ ਚੀਜ਼ ਬਦਦਾਸ਼ ਤੋਂ ਬਾਹਰ ਹੁੰਦੀ ਹੈ ਇਹ ਬਕਾਇਦਾ ਤੌਰ ਇੱਕ ਲਿਖੀ ਹੋਈ ਚੀਜ਼ ਹੈ ਕਿ ਗਵਰਨਮੈਂਟ ਚਲਾਣ ਦੇ ਵਿੱਚ ਕਨਫਲਿਕਟ ਆਫ ਇੰਟਰਸਟ ਹੋਏਗਾ ਤੇ ਜਿਹੜਾ ਆਦਮੀ ਕਨਫਲਿਕਟ ਆਫ ਇੰਟਰਸਟ ਕਰੇਗਾ ਉਹਨੂੰ ਭਲੇ ਉਹਦੀ ਭਲੀ ਹੁੰਦੀ ਹੀ ਹੁੰਦੀ ਹੈ ਸੋ ਉਸੇ ਵਜ੍ਹਾ ਤੋਂ ਮੈਨੂੰ ਫੇਰ ਉਸ ਤੋਂ ਬਾਅਦ 11 ਬਾਰ ਐਮਐਲਏਜ਼ ਨੇ ਵੀ ਟਵੀਟ ਕੀਤਾ ਉਹਦੇ ਵਿੱਚ ਮੈਂ ਵੀ ਟਵੀਟ ਕੀਤਾ ਉਹਦੇ ਵਿੱਚ ਸੁਨੀਲ ਜਾਖੜ ਜੀ ਨੇ ਵੀ ਇਹ ਗੱਲ ਕਹੀ ਉਹਦੇ ਵਿੱਚ ਸਾਡ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਜ਼ਿਕਰ ਕੀਤਾ ਕਿ ਸਾਡੀ ਸ਼ਵੀ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਜੇ 19 ਕੀ ਇਸ ਡਿਪਾਰਟਮੈਂਟ ਚ ਹੋਈ ਹੈ ਸਾਨੂੰ ਇਹਦੇ ਵਿੱਚੋਂ ਸਾਫ਼ ਸੁਥਰੇ ਬਾਹਰ ਨਿਕਲਣਾ ਚਾਹੀਦਾ ਤੇ ਜੇ ਗਵਰਨਮੈਂਟ ਨੂੰ ਆਪਣੇ ਚੀਫ ਸਕੱਟਰੀ ਨੂੰ ਪੁੱਛ ਲਓ ਜੇ ਇਹਦਾ ਕਨਫਲਿਕਟ ਆਫ ਇੰਟਰਸਟ ਹੈ ਤੇ ਚੀਫ ਸਕੱਟਰੀ ਨੂੰ ਖੁਦ ਹੀ ਲੌਂਗ ਲੀਵ ਤੇ ਜਾ ਕੇ ਛੁੱਟੀ ਲੈਣੀ ਚਾਹੀਦੀ ਅਗਸਤ ਦੇ ਵਿੱਚ 2.5 ਮਹੀਨੇ ਬਾਅਦ ਵੈਸੇ ਹੀ ਰਿਟਾਇਰ ਹੋ ਜਾਣਾ ਤੇ ਤੁਸੀਂ ਕੋਈ ਨਵਾਂ ਪੰਦਾ ਲਾ ਦੋ। ਤੋਂ ਬੁਖਮੰਤਰੀ ਸਾਹਿਬ ਨੇ ਉਸ ਦਾ ਕੋਈ ਪੰਜਾਬ ਸਰਕਾਰ ਨੇ ਪ੍ਰतिकਰਮ ਨਹੀਂ ਦਿੱਤਾ। ਜਿਹੜਾ ਉਹਦੇ ਕੋਲ ਚਾਰਜ ਲੈ ਲਿਆ ਉੱਥੋਂ ਐਂ ਲੱਗਦਾ ਕਿ ਖੁਦ ਹੀ ਆਪਾਂ ਕੰਸੀਡ ਕਰ ਗਏ ਕਿ ਜਿਹੜਾ ਚਾਰਜ ਇੱਕ ਕਾਂਗਰਸ ਦੇ ਐਮ.ਐਲ.ਏ ਨੇ ਲਗਾਇਆ ਸੀ ਉਸ ਚਾਰਜ ਦੇ ਵਿੱਚ ਕੋਈ ਅਸਲੀਅਤ ਹੈ ਨਹੀਂ ਤੇ ਚੀਫ ਸਕੱਟਰੀ ਖੁਦ ਅੱਗੇ ਆਂਦੇ ਉਹ ਲੋਕਾਂ ਨੂੰ ਕਹਿੰਦੇ ਕਿ ਜੀ ਬਿਲਕੁਲ ਇਹ ਬੇਬੁਨਿਆ ਚਾਰਜ ਹੈ ਇਹ ਜਿਹੜੀ ਵੀ ਗੱਲ ਹੈ ਮੈਂ ਕਲੈਰੀਫਿਕੇਸ਼ਨ ਦੇਣ ਨੂੰ ਤਿਆਰ ਆ ਜੇ ਕੱਲ ਨੂੰ ਇਹ ਗੱਲ ਪ੍ਰੂਫ ਹੋ ਜੇ ਤੇ ਮੈਨੂੰ ਤੁਸੀਂ ਜਿੱਡ ਵਰਜੀ ਕਟਹਿਰੇ 'ਚ ਖੜਾ ਕਰ ਲੋ ਚੀਫ ਸਕੱਟਰੀ ਸਾਹਿਬ ਨੇ ਇੱਕ ਸ਼ਬਦ ਅਜੇ ਤੱਕ 12 ਐਮਐਲਏਾਂ ਦੇ ਕਹਿੰਦੇ باوجود ਮਨਿਸਟਰ ਦੇ ਕਹਿੰਦੇ باوجود ਪੀਸੀਸੀ ਪ੍ਰਧਾਨ ਦੇ ਕਹਿਮ ਦੇ باوجود ਮੈਂਬਰ ਆਫ ਪਾਰਲੀਮੈਂਟ ਦੇ ਕਹਿਣ ਕਹਿੰਦੇ باوجود ਵੀ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਜੋ ਮੈਂ ਸਮਝਣਾ ਬੜਾ ਅਨਪ੍ਰੋਫੈਸ਼ਨਲ ਹੈ ਡੈਮੋਕਰੇਸੀ ਦੇ ਵਿੱਚ ਸਾਰੀਆਂ ਸਰਕਾਰਾਂ ਲੋਕਾਂ ਨੂੰ ਜਵਾਬਦੇਹ ਸਾਡੀ ਸਰਕਾਰ ਵੀ ਜਵਾਬਦੇਹ ਹੈ ਇਸੇ ਗੱਲ ਕਰ ਮੇਰੀ ਵੀ ਮੰਗ ਹੈ ਬਾਕੀ ਸਾਥੀਆਂ ਦੀ ਵੀ ਮੰਗ ਹੈ ਕਿ ਜੇ ਅਸੀਂ ਇਹਦੇ ਚੋਂ ਸਾਫ਼ ਸੁਥਰੇ ਨਿਕਲਣਾ ਹੈ ਕੈਪਟਨ ਰਮਿੰਦਰ ਸਿੰਘ ਜੀ ਕਿਉਂਕਿ ਅਸੀਂ ਇਹ ਵਾਅਦਾ ਕੀਤਾ ਹੀ ਪੰਜਾਬ ਦੇ ਲੋਕਾਂ ਨਾਲ ਕਿ ਪਿਛਲੀ 10 ਸਾਲ ਦੀ ਜਿਹੜੀ ਅਕਾਲੀ ਦਲ ਦੀ ਭਾਜਪਾ ਦੀ ਸਰਕਾਰ ਏ ਉਹਦੇ ਪੰਜਾਬ ਦੇ ਵਿੱਚ ਸਟੈਬਲਿਸ਼ ਕੀਤੇ ਹੋਏ ਮਾਫੀਆ ਜਿਹੜੇ ਸੀ ਵੈਸਟਡ ਇੰਟਰਸਟ ਜਿਹੜੇ ਸੀ ਉਹ ਪਾਵੇਂ ਰੇਤੇ ਚੋਂ ਪਾਵੇਂ ਕੇਵਲ ਨੈਟਵਰਕ 'ਚ ਹੋਣ ਪਾਵੇਂ ਲਿਕਰ ਦੇ ਵਿੱਚ ਹੋਣ ਪਾਵੇਂ ਟਰਾਂਸਪੋਰਟ ਦੇ ਵਿੱਚ ਹੋਣ ਅਸੀਂ ਸਾਰੇ ਡਿਸਮੈਂਟਲ ਕਰਾਂਗੇ ਇਹਨਾਂ ਨੂੰ ਤੋੜਾਂਗੇ ਇਹਨਾਂ ਨੂੰ ਤਸਪਸ਼ਤ ਕਰਾਂਗੇ ਉਸ ਦੇ ਬਾਵਜੂਦ 3 ਸਾਲ ਗੁਜ਼ਰਨ ਦੇ ਬਾਵਜੂਦ ਅਸੀਂ ਉਹ ਅਸਫਲ ਹੋਏ ਆ ਉਹਨਾਂ ਨੂੰ ਤੋੜਨ ਦੇ ਵਿੱਚ ਤਾਂ ਜੇ ਅਸੀਂ ਅੱਜ ਆਪਣੀ ਸ਼ਬੀ ਬਚਾਉਣਾ ਚਾਹੁੰਦੇ ਆ ਇਹਦੇ ਦੋ ਹੀ ਸਾਹ ਹਕਮਬਲਜੀਤ ਸਿੰਘ ਜੀ ਤਰੀਕੇ ਨੇ ਇੱਕ ਹੈ ਕਿਉਂਕਿ ਚੀਫ ਮਿਨਿਸਟਰ ਸਾਹਿਬ ਕੋ ਆਪਣਾ ਇਹ ਡਿਪਾਰਟਮੈਂਟ ਹੈ ਚੀਫ ਸੈਕਟਰੀ ਇਹਦੇ ਵਿੱਚ ਖੁਦ ਸੈਕਟਰੀ ਸੀ ਇਹਦਾ ਐਕਸਾਈਜ਼ਿੰਗ ਟੈਕਸੇਸ਼ਨ ਦਾ ਇਹਦੇ ਵਿੱਚ ਕੋਈ ਪੰਜਾਬ ਦੀ ਏਜੰਸੀ ਤੇ ਇਸ ਨੂੰ ਪ੍ਰੂਵ ਕਰ ਹੀ ਨਹੀਂ ਸਕਦੇ ਪੰਜਾਬ ਕੋ ਤੇ ਇੱਕ ਵਿਜੀਲੈਂਸ ਹੈ which is under the chief ministero probe ਨਹੀਂ ਕਰ ਸਕੇਗੀ ਆਪਣੇ ਬੌਸ ਨੂੰ ਇਹਦੇ ਵਾਸਤੇ ਚੀਫ ਮਿਨਿਸਟਰ ਸਾਹਿਬ ਨੂੰ ਮੈਂ رائے ਦਵਾਂਗਾ ਤੁਸੀਂ ਮੌਜੂਦਾ ਜਿਹੜੇ ਚੀਫ ਜਸਟਿਸ ਨੇ ਪੰਜਾਬ ਬਣ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੂੰ ਚਿੱਠੀ ਲਿਖੋ ਕਿ ਜੀ ਇਸ ਕਿਸਮ ਦਾ ਗੰਭੀਰ ਇਲਜ਼ਾਮ ਸਰਕਾਰ ਤੇ ਲੱਗਾ ਤੇ ਵਰਕਿੰਗ ਤੇ ਲੱਗਾ ਸਾਡਾ 2000 ਕਰੋੜ ਰੁਪਏ ਐਕਸਾਈਜ਼ ਦਾ ਘਟਿਆ ਵੀ ਹੈ ਅਸੀਂ ਲੱਭਣਾ ਚਾਹਨੇ ਇਹਦੇ ਕਾਰਨ ਕੀ ਨੇ ਤੇ ਇੱਕ ਸਿਟਿੰਗ ਜੱਜ ਨਾਟ ਅ ਰਿਟਾਇਰਡ ਜੱਜ ਸਿਟਿੰਗ ਜੱਜ ਹਾਈ ਕੋਰਟ ਦੇ ਜਿਹੜੇ ਨੇ ਉਹਨਾਂ ਨੂੰ ਇੱਕ ਮਹੀਨੇ ਵਾਸਤੇ ਦੇ ਦਿਓ ਟਾਈਮ ਬਾਉਂਡ ਕਰ ਦਿਓ ਉਹਨਾਂ ਨੂੰ ਸਾਰਾ ਆਫਿਸ ਪ੍ਰੋਵਾਈਡ ਕਰੋ ਫੈਸਿਲਿਟੀਆਂ ਪ੍ਰੋਵਾਈਡ ਕਰੋ ਡਾਟਾ ਪ੍ਰੋਵਾਈਡ ਕਰੋ ਸੋ ਦੈਟ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਣ ਜੇ ਇਹ ਨਹੀਂ ਕਰ ਸਕਦੇ ਜਾਂ ਚੀਫ ਜਸਟਿਸ ਸਾਹਿਬ ਕਹਿੰਦੇ ਨੇ ਕਿ ਮੇਰੇ ਕੋਲ ਕੋਈ ਜੱਜ ਮੈਂ ਦੇਣ ਦੇ ਵਿੱਚ ਮੈਨੂੰ ਮੁਸ਼ਕਲ ਹੈ ਜਾਂ ਅਸੀਂ ਨਹੀਂ ਦੇ ਸਕਦੇ ਕਰੋਨਾ ਵਾਇਰਸ ਦੇ ਵਿੱਚ ਤੇ ਫਿਰ ਇਹ ਜਿਹੜੀ ਹੈ ਜਿਹੜੀ ਇਨਕੁਆਰੀ ਹੈ ਜਾਂ ਜਿਹੜਾ ਪ੍ਰੂਵ ਹੈ ਇਸ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹਨੂੰ CBI ਕਿਹਾ ਜਾਂਦਾ ਹੈ ਦਿੱਲੀ ਦੇ ਵਿੱਚ ਉਹਨੂੰ ਦੇਣ ਕਿਉਂਕਿ ਉਹ ਪ੍ਰੈਮियर ਏਜੰਸੀ ਹੈ ਹਿੰਦੁਸਤਾਨ ਦੀ देयर इज ਨਥਿੰਗ ਸੁਪੀਰੀਅਰ ਟੂ 댓 ਤੋ ਇਸ ਗੱਲ ਕਰਨੇ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਤੋ ਤੁਹਾਡੀ ਇਸ ਕੁਐਸਚਨ ਦਾ ਜਿਹੜਾ ਜਵਾਬ ਹੈ ਸਵਾਲ ਦਾ ਜਵਾਬ ਹੈ ਉਹ ਮੈਂ ਦੇਣਾ ਕਿ ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਚਿੰਤਾ ਦੀ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੇ ਸੈਂਡਿੰਪੈਂਡਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਦਰਵਾਇਜ਼ ਇਹ ਜਿਹੜੀ ਆਵਾਜ਼ ਹੈ ਇਹ ਦਿਨੋਂ ਦਿਨ ਸਵਾਲ ਵਧਣੇ ਨੇ ਤੇ ਸਾਨੂੰ ਬੈਕਫੁੱਟ ਤੇ ਜਾਣਾ ਪੈਣਾ ਹੈ ਅੱਜ ਟਾਈਮ ਹੈ ਕਿ ਆਪਾਂ ਫਰੰਟ ਫੁੱਟ ਤੇ ਆ ਕੇ ਖੇਡੀਏ ਜਿਵੇਂ ਕ੍ਰਿਕਟ ਦੇ ਵਿੱਚ ਉਹ ਕਹਿੰਦੇ ਫਰੰਟ ਫੁੱਟ ਤੇ ਆ ਕੇ ਛੱਕਾ ਮਾਰਿਆ ਲੋਕਾਂ ਦੇ ਵਿੱਚ ਵੀ ਆਪਣਾ ਸ਼ਬੀ ਵਡਾ ਸਕੇ ਮੈਨੂੰ ਇਸ ਗੱਲ ਦਾ ਪੂਰਨ ਫੇਥ ਹੈ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਸੈਂਟੀਮੈਂਟ ਨੂੰ ਆਪਣੇ ਸਾਥੀਆਂ ਦੇ ਸੈਂਟੀਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ 2-4 ਦਿਨ ਦੇ ਵਿੱਚ ਪ੍ਰੂਵ ਆਰਡਰ ਕਰ ਦੇਣਗੇ ਮੁੱਖ ਮੰਤਰੀ ਜੀ ਪਿਛਲੇ ਕੁਝ ਟਾਈਮ ਤੋਂ ਤੁਹਾਡੇ ਮੰਤਰੀ ਐਮ ਐਲ ਏ ਉਹਨਾਂ ਬਾਰੇ ਇਤਰਾਜ਼ ਕਰ ਰਹੇ ਨੇ ਉਹਨਾਂ ਦੀ ਕਾਰਜ ਸ਼ੈਲੀ ਦੇ ਉੱਤੇ ਇਤਰਾਜ਼ ਕਰ ਰਹੇ ਨੇ ਤੁਹਾਡੀਆਂ ਕਾਂਗਰਸ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਵਿਧਾਨਕਰ ਵੀ ਉਹਦੇ ਤੇ ਇਤਰਾਜ਼ ਕਰ ਰਹੇ ਨੇ ਜਿਨ੍ਹਾਂ ਚੋਂ ਇੱਕ ਮੇਨ ਤੇ ਇਹੀ ਇੱਕ ਜੀ ਅਫਸਰशाही ਬਹੁਤ 파ਰੂ ਹੋ ਗਈ ਹੈ ਪਰ ਕੁਝ ਹੋਰ ਮੁੱਦੇ ਵੀ ਨੇ ਜਿਨ੍ਹਾਂ ਤੇ ਉਹ ਬਾਰ-ਬਾਰ ਡਿਮਾਂਡ ਕਰਦੇ ਰਹੇ ਨੇ ਕਿਤੇ ਉਹ ਜਾਂਚ ਦੀ ਕਿਤੇ ਕਰੈਕਸ਼ਨ ਦੀ ਡਿਮਾਂਡ ਕਰਦੇ ਰਹੇ ਨੇ ਇਹ ਕੀ ਕਾਰਨ ਹੈ ਕਿ ਨਾ ਤੇ ਕੋਈ ਕਰੈਕਸ਼ਨ ਹੋ ਰਹੀ ਹੈ ਨਾ ਕਿਤੇ ਕੋਈ ਸੁਧਾਰ ਹੋ ਰਿਹਾ ਇਹ ਮੁੱਖ ਮੰਤਰੀ ਸਾਹਿਬ ਕਿਉਂ ਇਹਨਾਂ ਗੱਲਾਂ ਦੇ ਉੱਤੇ ਕੋਈ ਕੋਰੈਕਟ ਮੇਅਰਸ ਲਾਈਨ ਨੂੰ ਤਿਆਰ ਨਹੀਂ ਹੈਗੇ ਤੁਸੀਂ ਕੀ ਮਹਿਸੂਸ ਕਰਦੇ ਹੋ ਕੋਈ ਹਰ ਕਵਲ ਜੀ ਮੈਨੂੰ ਲੱਗਦਾ ਇੱਕ ਫੰਡਮੈਂਟਲ ਮਿਸਟੇਕ ਜਾਣੇ ਅਣਜਾਣੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਕੋ ਹੋ ਗਈ ਏ ਕਿ ਉਹਨਾਂ ਨੇ ਆਪਣੀ ਰੈਜ਼ਿਡੈਂਸ ਜਿਹੜੀ ਹੈ ਉਹ ਅਫੀਸ਼ੀਅਲ ਕਰ ਬਿਕੋ ਕਨਸਟੀਟਿਊਸ਼ਨਲੀ ਹੁਣ ਪ੍ਰਾਈਮ ਮਿਨਿਸਟਰ ਨੇ ਉਹਨਾਂ ਦਾ ਇਹ ਰਿਮਾਰਕਟ ਕਰ ਰੇ ਰਾਸ਼ਟਰਪਤੀ ਜੀ ਦਾ ਇਹ ਰਿਮਾਰਕਟ ਪਵਨ ਚੀਫ ਮਿਨਿਸਟਰ ਦੇ ਯਰ ਬਾਕਤ ਕਰਨੇ ਉਹਨਾਂ ਕੋ ਪ੍ਰਾਈਵੇਟ ਕਾਰ ਵੀ ਹੈ ਇਸ ਤੋਂ ਪਹਿਲੇ ਵੀ ਸਾਰੇ ਚੀਫ ਮਿਨਿਸਟਰਾਂ ਕੋ ਆਪਣਾ ਘਰ ਚੰਡੀਗੜ੍ਹ ਸੀ ਪਰ ਸਾਰੇ ਅਫੀਸ਼ੀਅਲ ਕਰਾਚੋ ਚੱਲਦੇ ਨੇ ਕਿਉਂਕਿ ਦਿਸ ਇਜ਼ ਦਿਸ ਇਜ਼ ਹਾਅ ਪ੍ਰੋਫੈਸ਼ਨਲ ਗਵਰਨਮੈਂਟਸ ਵਰਕ ਹੁਣ ਕੋਈ ਆਮੀ ਦਾ ਜਨਰਲ ਹੈ ਹੀ ਵਿਲ ਵਰਕ ਫਰਮ ਦੀ ਆਮੀ ਹਾਊਸ ਹੀ ਵਿਲ ਨਾਟ ਵਰਕ ਫਰਮ ਹਿਸ ਓਨ ਹਾਊਸ ਮੇਰਾ ਖਿਆਲ ਇਹਨਾਂ ਨੇ ਆਪਣਾ ਘਰ ਇੱਕ ਇਥੋਂ 5-7 ਕਿਲੋਮੀਟਰ ਤੇ ਜਿਹੜਾ ਨਵਾਂ ਇਹਨਾਂ ਨੇ ਕਿਸੇ ਜੰਗਲ ਦੇ ਵਿੱਚ ਜਗ੍ਹਾ ਬਣਾਈ ਹੈ ਉੱਥੇ ਚਲੇ ਗਏ ਮੈਂ ਸਮਝਣਾ ਪਹਿਲੀ ਗੱਲ ਤੇ ਇੱਕ ਮੈਸੇਜ ਗਲਤ ਹੈ ਇਹ ਤੇ ਉਦੋਂ ਪ੍ਰਾਈਵੇਟ ਘਰ ਤੇ ਉਦੋਂ ਜਾਣਾ ਚਾਹੀਦਾ ਜੰਗਲ 'ਚ ਉਦੋਂ ਜਾਣਾ ਚਾਹੀਦਾ ਜਦੋਂ ਅਸੀਂ ਰਿਟਾਇਰਮੈਂਟ ਲੈ ਲਈ ਹੋਵੇ ਤੇ ਇਹਦੇ 'ਚ ਐ ਲੋਕਾਂ ਨੂੰ ਲੱਗਿਆ ਕਿ ਪਤਾ ਨਹੀਂ ਵੌਲੰਟਰੀ ਰਿਟਾਇਰਮੈਂਟ ਵਾਲੇ ਪਾਸੇ ਤੁਰ ਪਏ ਨੇ ਤਾਂ ਮੈਂ ਇਹਨਾਂ ਨੂੰ ਇਹ رائے ਦੇਣਾ ਚਾਹਾਂਗਾ ਕਿ ਤੁਸੀਂ ਵਾਪਸ ਆਪਣੇ ਸਰਕਾਰੀ ਘਰ ਜਾਓ ਕਿਉਂਕਿ ਇੱਕ ਨਹੀਂ ਤੁਹਾਡੀ ਇਨਫੋਰਮੇਸ਼ਨ ਵਾਸਤੇ ਮੈਂ ਦੱਸਣਾ ਚਾਹਨਾ ਕੈਪਟਨ ਸਾਹਿਬ ਦੇ 4 ਘਰ ਇਅਰ ਮਾਰਕਟ ਨੇ ਜਿਹੜੀਆਂ ਕੋਠੀਆਂ ਨੇ 4 ਨੇ ਇਨਾਫ ਆਫ ਪਲੇਸ ਇਸ ਸੋਸ਼ਲ ਡਿਸਟੈਂਸਿੰਗ ਵੀ ਰੱਖ ਸਕਦੇ ਨੇ ਇਹ ਕੋਰੋਨਾ ਵਾਇਰਸ ਨਾਲ ਲੜਨ ਦਾ ਪੂਰਾ ਪ੍ਰਬੰਧ ਵੀ ਕਰ ਸਕਦੇ ਨੇ ਕਿਉਂਕਿ ਦੈਟਸ ਅ ਬਿਗ ਹਾਊਸ ਵੱਡਾ ਘਰ ਹੈ ਉੱਥੇ ਚਾਰ ਘਰ ਨੇ ਬਜਾਏ ਇੱਕ ਦੇ ਇਥੇ ਆ ਤੇ ਹਰ ਰੋਜ਼ ਤਕਰੀਬਨ ਸੋਮਵਾਰ ਤੋਂ ਲੈ ਕੇ ਫਰਾਈਡੇ ਤੱਕ ਸ਼ੁੱਕਰਵਾਰ ਤੱਕ ਇਹ ਪੰਜ ਦਿਨ ਸੈਕਟਰੀਅਟਰੀਅ ਵਿੱਚ ਬੈਠਣ ਵੇਖੋ ਪ੍ਰਾਈਮ ਮਿਨਿਸਟਰ ਸਾਹਿਬ ਮੈਂ ਇਸ ਗੱਲ ਨੂੰ ਮੈਂ ਵੇਖਿਆ ਹੈ ਹਰ ਦੂਸਰੇ ਤੀਸਰੇ ਦਿਨ ਜਿੰਨੀਆਂ ਮੀਟਿੰਗਸ ਹੁੰਦੀਆਂ ਨੇ ਪ੍ਰਾਈਮ ਮਿਨਿਸਟਰ ਸਾਹਿਬ ਦੇ 5 5 6 6 ਫੁੱਟ ਤੇ ਉਹਨਾਂ ਦੇ ਮੰਤਰੀ ਬੈਠੇ ਨੇ ਤੁਸੀਂ ਹਿੰਦੁਸਤਾਨ ਦੇ ਵੱਖ-ਵੱਖ ਜੀ ਮਿਨਿਸਟਰਸ ਵੇਖੋ ਉਹ ਰੈਗੂਲਰ ਬਿਊਰੋਕਰੇਟਸ ਨਾਲ ਲੋਕਾਂ ਨਾਲ ਆਪਣੇ ਸਾਥੀਆਂ ਨਾਲ ਮੀਟਿੰਗਸ ਕਰਦੇ इवन ਬਾਕੀ ਛੱਡ ਲੋ ਹਾਈएस्ट ਕੈਜੁਐਲਟੀ ਅੱਜ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਤਕਰੀਬਨ 82000 ਤੋਂ ਵੱਧ ਲੋਕ ਉੱਥੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਨੇ ਬਟ ਡੋਨਲਡ ਟਰੰਪ ਜਿਹੜੇ ਆਲਮੋਸਟ ਸੇਮ ਏਜ ਦੇ ਨੇ ਜਿਹਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ 78 ਦੇ ਨੇ ਉਹ 76 ਸਾਲਾਂ ਦੇ ਨੇ ਉਸ ਦੇ ਬਾਵਜੂਦ ਹਰ ਰੋਜ਼ ਵਾਈਟ ਹਾਊਸ ਦੇ ਵਿੱਚ ਜਿਹੜੀ ਬਰੀਫਿੰਗ ਹੁੰਦੀ ਹੈ ਕੋਰੋਨਾ ਵਾਇਰਸ ਦੇ ਉੱਤੇ ਹੈਲਥ ਦੇ ਉੱਤੇ ਕਿਸ ਤਰ੍ਹਾਂ ਪਰ ਬੰਦ ਅਮਰੀਕਨ ਗਰਮੈਂਟ ਕਾਰੀ ਉਪ ਅਮਰੀਕਨ ਪ੍ਰੈਜ਼ੀਡੈਂਟ ਖੁਦ ਖੜੇ ਹੁੰਦੇ ਨੇ ਸਾਰੀ ਟੀਮ ਉਹਨਾਂ ਦੀ ਉੱਥੇ ਹੁੰਦੀ ਹੈ ਸੋ ਦੈਟ ਲੋਕ ਫੇਥ ਰੱਖ ਸਕਣ ਮੈਂ ਕਹਾਂਗਾ ਕਿ ਤੁਸੀਂ ਜ਼ੂਮ ਦਾ ਤੁਸੀਂ ਸਕਾਈਪ ਦਾ ਇਹ ਜਿਹੜਾ ਹੈ ਇਹਦੀ ਵਰਤੋਂ ਕੱਟ ਕਰੋ ਤੁਸੀਂ ਆਪ ਆਪਣੇ ਸਰਕਾਰੀ ਘਰ ਜਾਓ ਵੇਖੋ ਦੋ ਚੀਜ਼ਾਂ ਮੈਂ ਸੈਮੀਨਾਰ ਸਾਡੀ ਗਵਰਨਮੈਂਟ ਕੋਈ ਨਾ ਦੇਣਾ ਚ ਵੱਡੇ ਗਲਤੀਆਂ ਹੋਈਆਂ ਨੇ ਜਿਹਦਾ ਹੋ ਸਕਦਾ ਆਂਦੇ ਦਿਨਾਂ ਵਿੱਚ ਵੱਡਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਏ ਨੰਬਰ 1 13 ਲੱਖ ਤੋਂ ਵੱਧ ਇੱਥੇ ਸਾਡੇ ਮਾਈਗਰੇਟਰੀ ਲੇਬਰ ਹੈ ਜਿਹੜੀ ਕੋਈ ਬਿਹਾਰ ਚੋਂ ਯੂਪੀ ਚੋਂ ਛੱਤੀਸਗੜ੍ਹ ਤੋਂ ਝਾਰਖੰਡ ਤੋਂ ਵੱਖ-ਵੱਖ ਸੂਬਿਆਂ ਤੋਂ ਇੱਥੇ ਕੰਮ ਕਰਦੀ ਹੈ ਇੰਡਸਟਰੀਜ਼ ਦੇ ਵਿੱਚ ਜ਼ਿਆਦਾ ਕੰਮ ਕਰਦੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ 20 ਮਾਰਚ ਨੂੰ ਅਨਾਉਂਸ ਕਰਦੇ ਨੇ ਕਿ ਕੋਰੋਨਾ ਵਾਇਰਸ ਤੇ ਮੈਂ ਕਰਫਿਊ ਇੱਥੇ ਪੰਜਾਬ ਚ ਲਾਣ ਲੱਗਾ ਕਿਉਂਕਿ ਵਨ ਆਫ ਦੀ अर्ਲੀਸਟ ਸਟੇਟਸ ਸਾਰਾ ਉਹ ਪਹਿਲੀਆਂ ਸਟੇਟਸ ਦੇ ਵਿੱਚ ਪੰਜਾਬ ਦੇ ਵਿੱਚ ਕਰਫਿਊ ਲੱਗਾ ਉਹਨਾਂ ਨੇ ਉਦੋਂ ਮੈਂ ਉਹਨਾਂ ਨੂੰ ਖੁਦ ਸੁਣਿਆ ਸੀ ਇਹ ਗੱਲ ਕਹਿੰਦੇ ਹੋਏ ਇਹ ਬਿਮਾਰੀ ਲੰਬਾ ਚਿਰ ਚੱਲੀ ਐਂਡ ਹੋ ਸਕਦਾ ਸਤੰਬਰ ਤੱਕ ਸਾਰਨੋਂ ਵੱਧ ਇਹ ਚਰਨ ਸੀਮਾ ਦੇ ਉੱਤੇ ਹੋਏ। ਤੋਂ ਕੈਪਟਨ ਸਾਹਿਬ ਨੂੰ ਉਹਦਾ ਮਤਲਬ ਉਹਦੋਂ ਪਤਾ ਸੀ ਕਿ ਬਿਮਾਰੀ 4-5 ਮਹੀਨਿਆਂ ਤੋਂ ਥੱਲੇ ਇਹ ਇਹਦਾ ਟਾਈਮ ਫਰੇਮ ਘੱਟੋ-ਘੱਟ 3 ਤੋਂ 4 ਮਹੀਨੇ ਲਾਕਡਾਊਨ ਰਹਿਣਾ। ਅੱਜ ਦੇ ਦਿਨ ਵੀ ਅਸੀਂ ਵੇਖੋ ਮੇਂਡ ਹੋ ਚਲਿਆ ਲਾਕਡਾਊਨ ਚੱਲ ਰਿਹਾ ਹੋ ਸਕਦਾ ਜੂਨ ਦਾ ਵੀ ਪੂਰਾ ਚੱਲ ਜਾਏ ਜਿਸ ਤਰ੍ਹਾਂ ਮੈਨੂੰ ਇਹ ਲੱਗ ਰਿਹਾ ਪਾਰਸ਼ਲ ਲਾਕਡਾਊਨ ਹਟੇਗਾ ਬਾਕੀ ਜਗਾ ਜੇ ਕੰਟੀਨਿਊ ਕਰੇਗਾ। ਜਿੰਨਾ ਉਸ ਟਾਈਮ ਬਾਈਗਰੇਟਰੀ ਲੇਬਰ ਸੀ ਉਹ ਵਕਸੀ ਅਸੀਂ ਇਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਘਲਾ ਦਿੰਦੇ ਕਿ ਜਾਓ ਆਪਣੇ ਬਜ਼ੁਰਗਾਂ ਨੂੰ ਛੱਡੋ ਆਪਣੇ ਬੱਚਿਆਂ ਨੂੰ ਛੱਡੋ ਆਪਣੀਆਂ ਬੀਵੀਆਂ ਨੂੰ ਇੱਕ ਵਾਰ ਘਲਾ ਦਿਓ ਉੱਥੇ ਉਹਨਾਂ ਨੂੰ ਪਿੰਡਾਂ ਵਿੱਚ ਪਚਾ ਕੇ ਤੇ ਜਦੋਂ 2 ਮਹੀਨੇ ਜਾਂ 2.5 ਮਹੀਨੇ ਬਾਅਦ ਹੁਣ ਜਿਸ ਤਰ੍ਹਾਂ ਗਵਰਨਮੈਂਟ ਪੰਜਾਬ ਨੇ ਫੈਸਲਾ ਲਿਆ ਕਿ ਇੰਡਸਟਰੀ ਜਿਹੜੀ ਹੈ ਉਹ ਆਪਣਾ ਕਾਰੋਬਾਰ ਸ਼ੁਰੂ ਕਰੇ ਇੰਡਸਟਰੀਲਿਸਟਾਂ ਨਾਲ ਮੇਰੀ ਗੱਲ ਹੋਈ ਹੈ ਹਰਕਵਲ ਜੀ ਗੋਬਿੰਦਗੜ ਖੰਨੇ ਲੁਧਿਆਣੇ ਜਲੰਧਰ ਰਮਰਸਰ ਬਟਾੜੇ ਸਾਡੇ ਉਹ ਕਹਿੰਦੇ ਬਾਜੋ ਸਾਹਿਬ ਜਦੋਂ ਸਾਨੂੰ ਇਹਨਾਂ ਨੂੰ ਕੱਲਨ ਦਾ ਵਕਤ ਸੀ ਲੇਬਰ ਨੂੰ ਉਦੋਂ ਤੇ ਅਸੀਂ ਉਹਨਾਂ ਨੂੰ ਇੱਥੇ ਰਹਿਣ ਦਾ ਪ੍ਰਬੰਧ ਕਰਕੇ ਦਿੱਤਾ ਇਹਨਾਂ ਦੀ ਰੋਟੀ ਦਾ ਪ੍ਰਬੰਧ ਕਰਕੇ ਦਿੱਤਾ ਤਨਖਾਹਾਂ ਵਾਸੀ ਦਿੱਤੀਆਂ ਇਹਨਾਂ ਦੇ ਮੈਡੀਕਲ ਦਾ ਪ੍ਰਬੰਧ ਕੀਤਾ ਹੁਣ ਜਦੋਂ ਇੱਥੇ ਲੋਡ ਸੀ ਤੇ ਅਸੀਂ ਇਹਨਾਂ ਨੂੰ ਫ੍ਰੀ ਟਿਕਟਾਂ ਦੇ ਕੇ ਟ੍ਰੇਨਾਂ ਤੇ ਚਾੜ੍ਹ ਕੇ ਤੇ ਅਸੀਂ ਇਹਨਾਂ ਨੂੰ ਅਲਵਿਦਾ ਕਰਨ ਲੱਗੇ ਅਸੀਂ ਫੈਕਟਰੀਆਂ ਚਲਾਵਾਂਗੇ ਕਿਸ ਤਰ੍ਹਾਂ ਇੱਕ ਹੋਰ ਮੈਂ ਤੁਹਾਨੂੰ ਬੜੀ ਇੱਥੇ ਚ ਇੰਟਰਸਟਿੰਗ ਗੱਲ ਦੱਸਣਾ ਚਾਹਨਾ 70% ਲੇਬਰ ਜਿਹੜੀ ਹੈ ਉਹ ਇੱਥੇ ਮਾਈਗ੍ਰੇਸ਼ਨ ਮਾਈਗਰੇਟਰੀ ਲੇਬਰ ਹੈ ਜਿਹੜੀ ਇੰਡਸਟਰੀ ਚ ਕੰਮ ਕਰਦੀ ਉਹ ਸਾਰੀ ਦੀ ਸਾਰੀ ਸਕਿਲਡ ਲੇਬਰ ਹੈ ਇਹ ਕੋਈ ਪੱਠੇ ਪਾਣ ਵਾਲੀ ਲੇਬਰ ਨਹੀਂ ਕਿ ਆਪਾਂ ਕੋਈ ਬੰਦਾ ਇਕ ਠਾਤਾ ਤਾਂ ਦੂਜੇ ਨੂੰ ਸੱਦ ਲਿਆ ਕਿ ਇੱਥੇ ਆ ਕੇ ਬੇਟਾ ਪੱਠੇ ਪਾੜਾ ਹੈ ਜਾਂ ਤੂੰ ਇੱਥੇ ਤੂੜੀ ਮਲਾ ਤੇ ਡੰਗਰਾਂ ਨੂੰ ਆਪਾਂ ਚਾਰਾ ਪਾ ਦਈਏ ਇਹ ਸਪੈਸ਼ਲਾਈਜ਼ਡ ਲੇਬਰ ਹੈ 20 25 25 ਸਾਲ ਦੇ ਐਕਸਪੀਰੀਅੰਸ ਨੇ ਲੇਥਾਂ ਤੇ ਕੰਮ ਕਰਨ ਵਾਲੇ ਨੇ ਫਾਉਂਡਰੀਜ਼ ਕੰਮ ਕਰਨ ਵਾਲੇ ਸਾਰੀ ਹੌਜ਼ਰੀ ਜਿਹੜੀ ਹੈ ਉਹਦੇ ਵਿੱਚ ਐਸਟੈਬਲਿਸ਼ਡ ਲੇਅਰ ਮੁਸਲਿਮ ਲੇਬਰ ਹੈ ਜਿਹੜੀ ਯੂਪੀ ਤੇ ਬਿਹਾਰ ਵਿੱਚੋਂ ਆਈ ਏ ਨਵੇਂ ਆਦਮੀ ਨੂੰ ਟ੍ਰੇਨ ਕਰਨ ਵਾਸਤੇ ਉਹਨਾਂ ਦਾ ਕਹਿਣਾ ਹੈ ਜੀ ਜੇ ਨਵਾਂ ਬੰਦਾ ਸੀ ਟ੍ਰੇਨ ਕਰਾਂਗੇ ਸਾਨੂੰ 1 ਸਾਲ ਦਾ ਟਾਈਮ ਚਾਹੀਦਾ ਅਸੀਂ ਇਹਨਾਂ ਤੇ ਬਹੁਤ ਭਾਰੀ ਇਨਵੈਸਟਮੈਂਟ ਕੀਤੀ ਆਪਣੇ ਬੰਦਿਆਂ ਨੂੰ ਟ੍ਰੇਨਿੰਗ ਦੇਣ ਵਾਸਤੇ ਤੋ ਇਹ ਸਾਰੀ ਚੀਜ਼ ਜਿਹੜੀ ਹੈ ਇਹ ਇਹਦਾ ਮੈਂ ਵੱਡਾ ਸਮਝਦਾ ਕਾਰਨ ਕਿ ਜੇ ਚੀ ਮਿਸਟਰ ਸਾਹਿਬ ਆਪਣੇ ਘਰ ਚ ਇਤੇ ਸਰਕਾਰੀ ਚੁੰਦੇ ਇਹਨਾਂ ਦੇ ਕੈਬਨਿਟ ਦੇ ਮੰਤਰੀ ਮਿਲਦੇ ਇਹਨਾਂ ਨੂੰ ਰੋਜ਼ਾਨਾ ਇਹਨਾਂ ਦੇ ਐਮਐਲਏਜ਼ ਮਿਲਦੇ ਇਹਨਾਂ ਦੇ ਇੰਡਸਟ੍ਰੀਅਲਿਸਟ ਇਹਨਾਂ ਨਾਲ ਮੁਲਾਕਾਤ ਕਰਦੇ ਤੇ ਇਹਨਾਂ ਨੂੰ ਦੱਸਦੇ ਕਿ ਆ ਸਾਡਾ ਨੁਕਸਾਨ ਹੋਣਾ ਤੇ ਗਵਰਨਮੈਂਟ ਸ਼ਾਇਦ ਇਸ ਨੁਕਸਾਨ ਦੀ ਪ੍ਰਪਾਈ ਕਰ ਲੈਂਦੀ ਜਿਹੜਾ ਇਹਨਾਂ ਆਈਸੋਲੇਸ਼ਨ ਚਲੇ ਗਏ ਨੇ ਉਹਦੇ ਵਿੱਚ ਪੋਲਿਟੀਕਲ ਬੰਦੇ ਨਹੀਂ ਮਿਲ پا ਰਹੇ ਉਹਦੇ ਵਿੱਚ ਇਹਨਾਂ ਨੂੰ ਸਹੀ ਫੀਡਬੈਕ ਨਹੀਂ ਪਹੁੰਚ ਪਾਰੀ ਤੇ ਜਿੰਨੇ ਅਫਸਰ ਨੇ ਹਰਕਵਲ ਜੀ ਇਹ ਜਿੰਨੇ ਅਫਸਰ ਨੇ ਨਾ 33 32 ਸਾਲ ਪੰਜਾਬ ਦੇ 골ਫ ਕਲੱਬ ਚ ਹੋਗੀ ਖੇਡਦੇ ਆਂ ਕਿਸੇ ਨੂੰ ਕਿਤੀ ਪਾਰਟੀ اٹینڈ ਕਰਦਿਆਂ ਨੂੰ ਹੋਗੀ ਇਹਨਾਂ ਨੂੰ ਇੰਡਸਟਰੀ ਕਿਸ ਤਰ੍ਹਾਂ ਰਨ ਕਰਨੀ ਹੈ ਇੰਡਸਟਰੀ ਨੂੰ ਕੀ ਕੀ ਪ੍ਰੋਬਲਮਸ ਨੇ ਸਾਡੇ ਪਿੰਡਾਂ ਵਿੱਚ ਕੀ ਕੀ ਹਾਲਾਤ ਨੇ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਦੋ ਵਕਤੀ ਰੋਟੀ ਕਮਾਉਂਦੇ ਨੇ ਜਾਂ ਉਥੋਂ ਦੇ ਹਾਲਾਤ ਕੀ ਨੇ ਇਹਨਾਂ ਬਾਰੇ ਆਈਏ ਸਬਸਦਾਨ ਨੂੰ ਬਹੁਤੀ ਜਾਣਕਾਰੀ ਹੈ ਨਹੀਂ ਤੋ ਇਸੇ ਗੱਲ ਕਰ ਮੈਂ ਸਮਝਣਾ ਸਹੀ ਫੀਡਬੈਕ ਨਹੀਂ ਮਿਲ ਰਿਹਾ ਦੂਸਰਾ ਇੱਕ ਤੇ ਅਜੇ ਇਹ ਹੋ ਕੇ ਟਿਆ ਦੂਸਰਾ ਇੱਕ ਹੋਰ ਮੈਨੂੰ ਗੱਲ ਯਾਦ ਆ ਰਹੀ ਸੀ ਇਹ ਦਿਨ ਆਲ ਸੋ ਇਹ ਇੱਕ ਇੱਕ ਤੇ ਲੇਬਰ ਦਾ ਇਹ ਇੱਕ ਅਚਾ ਸੈਕਿੰਡ ਸੌਰੀ ਹਾਂ ਮੈਨੂੰ ਜਿਹੜੀ ਘਰ ਟੂ ਹਾਊਸ ਲਿਕਰ ਦੀਸ ਫਲਾਈ ਦਾ ਫੈਸਲਾ ਹੈ ਪਹਿਲੀ ਗੱਲ ਤੇ ਪੰਜਾਬ ਦੀ ਪਰੰਪਰਾ ਹੈ ਸਾਡੀ ਪਰੰਪਰਾ ਸੀ ਦੁੱਧੀ ਜਾਂਦੇ ਸੀ ਹਰ ਘਰ ਦੇ ਵਿੱਚ ਦੁੱਧ ਪਾਣ ਵਾਸਤੇ ਪਿੰਡਾਂ ਵਿੱਚ ਤੇ ਹਰ ਘਰ ਚ ਦੁੱਧੀ ਵੀ ਨਹੀਂ ਜਾਂਦਾ ਉਹਨਾਂ ਕੋ ਤੇ ਆਪਣਾ ਪ੍ਰਬੰਧ ਹੈ ਸ਼ਹਿਰਾਂ ਵਿੱਚ ਆਉਂਦੇ ਸੀ ਸਾਡੀ ਪਹਿਚਾਨ ਸੀ ਵੀਰਕੇ ਦੇ ਦੁੱਧ ਨਾਲ ਸਾਡੀ ਪਹਿਚਾਨ ਸੀ ਵੀਰਕੇ ਦੇ ਕਿਓ ਦੇ ਨਾਲ ਪੰਜਾਬ ਦੀ ਟ੍ਰੈਡੀਸ਼ਨਲ ਪਹਿਚਾਨ ਸੀ ਜੀ ਐਡਮਿਨਿਸਟਰेटर ਦੀ ਗੱਲ ਕਰਦੇ ਸੀ ਲੋਕ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਜਿਹੜਾ ਸਿੱਖ ਰਾਹੀਂ ਸੀ ਉਹਨੂੰ ਯਾਦ ਕਰਦੇ ਸੀ ਜਾਂ ਸਾਡੀ ਪਹਿਚਾਨ ਸੀ ਨੌਜਵਾਨਾਂ ਦੀ ਜਿਹੜੀ ਸੀ ਸ਼ਹੀਦ ਆਜ਼ਮ ਪਗਤ ਸਿੰਘ ਜੀ ਨਾ ਜਾਂ ਤੁਸੀਂ ਵੀ ਆਪਾਂ ਹਮੋਂ ਬਰਈਆਂ ਹਰਕਵਲ ਜੀ ਸਾਡੀ ਪਹਿਚਾਨ ਰੁਸਤਮੇ ਹਿੰਦ ਦਾਰਾ ਸਿੰਘ ਜੀ ਨਾ ਸੀ ਫਲਾਈਂਗ ਸਿਕ ਮਿਲਕਾ ਸਿੰਘ ਜੀ ਨਾ ਸੀ ਸਾਡੇ ਹਾਕੀ ਵਿਜ਼ਿਟਸ ਆ ਬਲਬੀਰ ਸਿੰਘ ਨਾ ਸੀ ਸਾਡੇ ਬ੍ਰਿਲੈਂਟ ਹਾਕੀ ਦੇ ਕਪਤਾਨ ਸੁਰਜੀਤ ਸਿੰਘ ਪਰਗਟ ਸਿੰਘ अजीतਪਾਲ ਸਿੰਘ ਇਹਨਾਂ ਲੋਕਾਂ ਦਾ ਸੀ ਗਾਮੇ ਪਹਿਲਵਾਨਾ ਸੀ ਕਬੱਡੀ ਦੇ ਪਲੇਅਰਜ਼ ਨਾਲ ਸੀ ਰੈਸਲਰਜ਼ ਨਾਲ ਸਾਡੀ ਪਛਾਣ ਕਦੀ ਸ਼ਰਾਬ ਨਾਲ ਤੇ ਨਸ਼ਿਆਂ ਨਾਲ ਨਹੀਂ ਹੋਈ ਅਸੀਂ ਇਹਦੇ ਨਾਲ ਵੇਖੋ ਦੋ ਸਾਡੀਆਂ ਪਹਿਣਾ ਹੈ ਨੇ ਇੱਕ ਤੇ ਕੈਪਟਨ ਅਮਰਿੰਦਰ ਸਿੰਘ ਦੇ ਖੁੱਦੇ ਸਾਥੀ ਨੇ 파르ਤਪੂਸ਼ੇ ਨੂੰ ਆຊੂ ਫੂਡ ਐਂਡ ਸਪਲਾਈ ਮੰਤਰੀ ਨੇ ਉਹਨਾਂ ਦੇ ਖੁਦ ਆਪਣੀ ਵਾਈਫ ਜਿਹੜੇ ਨੇ ਉਹ ਇਸ ਟਾਈਮ ਕਾਉਂਸਲਰ ਨੇ ਉਹਨਾਂ ਨੇ ਖੁਦ ਟਵੀਟ ਕੀਤਾ ਕੈਪਟਨ ਸਾਹਿਬ ਨੂੰ ਬੁਹਾਰ ਪਾਈ ਕਿ ਕੈਪਟਨ ਸਾਹਿਬ ਪਹਿਲੀ ਤੇ ਸਾਡੀ ਪਾਰਟੀ ਦੀ ਵਚਨਪੱਤਾ ਸੀ ਕਿ ਅਸੀਂ ਨਸ਼ਾ ਘਟਾਵਾਂਗੇ ਜੇ ਸ਼ਰਾਬ ਦੀ ਅਸੀਂ ਘਰੋ ਘਰ ਸਪਲਾਈ ਸ਼ੁਰੂ ਕਰ ਲਈ ਇੱਕ ਤੇ ਡੋਮੈਸਟਿਕ ਵਾਇਲੈਂਸ ਵਧੇਗਾ ਇੱਕ ਕਸੀ ਆਪਣੇ ਨੌਜਵਾਨ ਬੱਚਿਆਂ ਨੂੰ ਕਿਸ ਕਿਸਮ ਦੀ ਪ੍ਰੇਰਨਾ ਦਵਾਂਗੇ ਇਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਏ ਸੂਰਬੀਰਾਂ ਦੀ ਧਰਤੀ ਏ ਇਹਦਾ ਇੱਕ ਮੈਸੇਜ ਗਲਤ ਏ ਮੈਂ ਤੁਹਾਨੂੰ ਇੱਕ ਇੱਕ ਦੇਣਾ ਚਾਹਨਾ ਐਗਜ਼ੈਂਪਲ ਦੇਣਾ ਚਾਹਨਾ ਸਰ ਹਰਕਮਲਜੀਤ ਸਿੰਘ ਜੀ ਮਹਾਤਮਾ ਗਾਂਧੀ ਦਾ ਜਿਹੜਾ ਸੂਬਾ ਜਿੱਥੋਂ ਦੇ ਜੰਪਲ ਸੀ ਉਹ ਗੁਜਰਾਤ 72 ਸਾਲ ਜਦਨ ਦੀ ਆਜ਼ਾਦੀ ਹੋਈ ਉਥੇ ਦੀ ਪਹਿਲੇ ਦਿਨ ਤੋਂ ਹੀ ਅੱਜ ਦੇ ਦਿਨ ਤੱਕ 72 ਸਾਲ ਉਥੇ ਪ੍ਰੋਬੀਸ਼ਨ ਰਹੀ ਕੋਈ ਸ਼ਰਾਬ ਦੀ ਉਥੇ ਪਾਬੰਦੀ ਹੈ ਕੋਈ ਸ਼ਰਾਬ ਦੀ ਬੋਲੀ ਨਹੀਂ ਉੱਤੇ ਹੁੰਦੀ ਠੇਕਿਆਂ ਦੀ ਬੋਲੀ ਨਹੀਂ ਹੁੰਦੀ ਹਰ ਸਾਲ ਗੁਜਰਾਤ ਤਕਰੀਬਨ 35 ਤੋਂ 40 ਹਜ਼ਾਰ ਕਰੋੜ ਰੁਪਈਆ ਇਟ ਇਜ਼ ਅ ਵੈਰੀ ਵੈਰੀ 빅 ਸਟੇਟ ਐਂਡ ਅ ਵੈਰੀ ਰਿਚ ਸਟੇਟ ਉਤੀ ਤੋਂ 35000 ਕਰੋੜ ਰੁਪਈਆ ਸਾਲਾਨਾ ਉਹਨਾਂ ਨੂੰ ਆਮਦਨ ਹੋਣੀ ਸੀ ਪਿਛਲੇ 72 ਸਾਲ ਦੀ ਉਹਨਾਂ ਨੇ ਉਹ ਨਹੀਂ ਕੀਤੀ ਕਿਉਂਕਿ ਮਹਾਤਮਾ ਗਾਂਧੀ ਦੇ ਲੈਂਡ ਹੋਣ ਕਾਰਨ ਉਹਨਾਂ ਨੇ ਕਿਹਾ ਅਸੀਂ ਪਰਸੈਪਸ਼ਨ ਖਰਾਬ ਨਹੀਂ ਕਰਦੇ ਸੋ ਇੱਥੇ ਇਹ ਜਿਹੜਾ ਕੰਮ ਹੈ ਇੱਕ ਤੇ ਪਹਿਲੇ ਲਿਕਿਡ ਟ੍ਰੇਡ ਹੀ ਖਤਮ ਕਰ ਦੇਗਾ ਇੰਨਾ ਵੱਡਾ ਨੁਕਸਾਨ ਕਰੇਗਾ ਕਿਉਂਕਿ ਹਰ ਏਰੀਆ ਦੇ ਵਿੱਚ ਠੇਕੇਦਾਰ ਬੈਠੇ ਨੇ ਇਹ ਜੇ 2 ਨੰਬਰ ਦੀ ਸ਼ਰਾਬ ਪਤਾ ਨਹੀਂ ਕਿੱਥੋਂ ਆ ਕੇ ਘਰੋ ਘਰ ਇਥੇ ਸ਼ੁਰੂ ਹੋ ਗਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਵੀ ਬਣੇਗੀ ਇਸ ਦੇ ਵਿੱਚ ਜਿਹੜੇ ਸਟੈਬਲਿਸ਼ ਠੇਕੇਦਾਰ ਨੇ ਜਿਨ੍ਹਾਂ ਨੇ ਆਪਣੀ ਫੀਸਾਂ ਦੇਣੀ ਉਹਨਾਂ ਦੇ ਵੀ ਕੰਮ ਠੱਪ ਹੋ ਜਾਏਗਾ ਜੇ ਐਤ ਕੀ ਠੱਪ ਹੋ ਗਿਆ ਤੇ ਅਗਲੀ ਵਾਰ ਕਿਸੇ ਨੇ ਨਿਲਾਮੀ ਨਹੀਂ ਦੇਣੀ ਪੰਜਾਬ ਦੀ ਸੋ ਮੈਂ ਇਹ ਸਮਝਦਾ ਦੋ ਗਲਤ ਫੈਸਲੇ ਜਿਹੜੇ ਹੋਏ ਨੇ ਇਹਦਾ ਵੱਡਾ ਕਾਰਨ ਇਹ ਹੈ ਕਿ ਗਰਾਊਂਡ ਰੈਅਲਿਟੀਆਂ ਅਫਸਰਾਂ ਨੂੰ ਪਤਾ ਨਹੀਂ ਅਫਸਰ ਉਹਨਾਂ ਨੂੰ ਗਾਈਡ ਕਰਦੇ ਨੇ ਇਹਨਾਂ ਦੀ ਜਗ੍ਹਾ ਦੇ ਉੱਤੇ ਆਪਣੇ ਘਰ ਚ ਹੁੰਦੇ ਇਹਨਾਂ ਨੂੰ ਪਰ ਐ ਮਲੇਸ ਮਿਲਦੇ ਇਹਨਾਂ ਨੂੰ ਮੰਤਰੀ ਬਿਲਦੇ ਇਹਨਾਂ ਨੂੰ ਆਪਣਾ ਕਾਂਗਰਸ ਦਾ ਕਾਰਡਰ ਮਿਲਦਾ ਪਾਵੇਂ ਥੋੜਾ ਫਰਕ ਰੱਖ ਕੇ ਮਿਲਦਾ ਹੁਣ ਵੀ ਮੈਂ ਤੁਹਾਡੇ ਨਾਲ ਕੋ ਪੰਜ ਛੇ ਫੁੱਟ ਦੇ ਫਰਕ ਤੇ ਬੈਠਾ ਤੋ ਇਹ ਤੇ ਨਾਲੇ ਕਰੋਨਾ ਵੇਖੋ ਹਸਾ ਹਰਕਵਲਜੀਤ ਸਿੰਘ ਜੀ ਇਹ ਗੱਲ ਮੰਨ ਕੇ ਚੱਲੋ ਵਰਲਡ ਓਵਰ ਹੁਣ ਤੁਸੀਂ ਸਾਰੇ ਇੰਟਰਨੈਸ਼ਨਲ ਚੈਨਲਸ ਵੀ ਆਪਾਂ ਸੁਣਨੇ ਆ ਨੈਸ਼ਨਲ ਚੈਨਲਸ ਵੀ ਸੁਣਨੇ ਆ ਕਰੋਨਾ ਇਜ਼ ਨੋ પાર્ਟ ਆਫ ਲਾਈਫ ਇਹ ਦੋ ਤਿੰਨ ਸਾਲ ਵਾਸਤੇ ਵੀ ਵਿਲ ਹੈਵ ਟੂ ਐਗਜ਼ਿਸਟ ਵਿਦ ਇਟ ਗਰਮੰਟ ਦੇ 2 ਸਾਲ ਰਹਿ ਗਏ ਨੇ ਜੇ ਅਸੀਂ ਆਪਣੀ ਆਈਸੋਲੇਸ਼ਨ ਸਾਡਾ ਜਿਹੜਾ ਹੈੱਡ ਹੈ ਉਹੀ ਆਈਸੋਲੇਸ਼ਨ ਚਲਾ ਗਿਆ ਆਪਣਾ ਕੰਮ ਕਿਸਾ ਚੱਲੇਗਾ ਜੀ ਐਮਐਲਏਜ਼ ਆਪਣੀ ਜਿਹੜੀ ਦੁੱਖ ਤਕਲੀਫ ਹੈ ਕਿਧਰ ਕੋ ਜਾ ਕੇ ਗੱਲ ਕਰਨਗੇ ਅਸਲ ਛੇ ਹੀ ਸੁਣਨ ਨੂੰ ਤਿਆਰ ਨਹੀਂ ਦੇ ਆਰ ਇਨਸੈਂਸਿਟਿਵ ਟੂ ਦੀ ਨੀਡਸ ਆਫ ਪੋਲੀਟਿਸ਼ੀਅਨਸ ਸੋ ਇਹ ਮੈਂ ਸਮਝਦਾ ਕਿ ਇਹ ਮੈਂ ਅਜੇ ਵੀ رائے ਦਊਂਗਾ ਕੈਪਟਨ ਸਾਹਿਬ ਦੀ ਬਿਹਤਰੀ ਵਾਸਤੇ ਤੇ ਸਰਕਾਰ ਦੀ ਬਿਹਤਰੀ ਵਾਸਤੇ ਕਿ ਜੇ ਸਰਕਾਰ ਨੂੰ ਸੁਚੱਜੇ ਢੰਗ ਨਾਲ ਚਲਾਣਾ ਹੈ ਆਪਾਂ ਆਪਣੇ ਪ੍ਰਾਈਵੇਟ ਘਰ ਚੋਂ ਨਿਕਲੀਏ ਪ੍ਰਾਈਵੇਟ ਜਿਹੜਾ ਸਰਕਾਰੀ ਘਰ ਤੁਹਾਨੂੰ ਅਲੋਟ ਕੀਤਾ ਹੈ ਜਿੱਥੇ ਕਨਸਟੀਟਿਊਸ਼ਨਲੀ ਕੈਪਟਨ ਸਾਹਿਬ ਨੂੰ ਰਹਿਣਾ ਚਾਹੀਦਾ ਤੇ ਸੈਕਟਰੀਅਟ ਇਸ ਬੈਂਟ ਕਿ ਜਦੋਂ ਦਫ਼ਤਰ ਦਾ ਕੰਮ ਕਰਨਾ ਹੈ ਜੀ ਮਿਨਿਸਟਰ 10 ਵਜੇ ਤੋਂ ਲੈ ਕੇ ਜ਼ਿਆਦਾ ਨਹੀਂ ਤੇ ਘੱਟੋ ਘੱਟ 5 ਵਜੇ ਤੱਕ 5 ਦਿਨ ਸੋਮਵਾਰ ਤੋਂ ਲੈ ਕੇ ਮੰਗਲਵਾਰ ਤੱਕ ਪੰਜਾਬ ਦੇ ਸੈਕਟਰੀਅਟ ਚ ਅਵੇਲੇਬਲ ਹੋਣੇ ਚਾਹੀਦੇ ਨੇ ਘੱਟ ਲੋਕਾਂ ਨੂੰ ਮਿਲੋ ਦੂਰੋਂ ਤੋਂ ਮਿਲੋ ਬਟ ਮਿਲੋ ਸਾਰਿਆਂ ਨੂੰ so that ਤੁਹਾਨੂੰ ਫੀਡਬੈਕ ਆ ਸਕੇ ਸਾਰੇ ਸਮੂਚੇ ਪੰਜਾਬ ਦੇ। ਬਜਬਾ ਸਾਹਿਬ ਜੀ ਦਾ ਮੇਨ ਇਸ਼ੂ ਐਸਵੇਲੇ ਪਕਰਿਆ ਬਹੁਤ ਮੰਤਰੀਆਂ ਚ ਔਰ ਤੁਸੀਂ ਕਹਿ ਸਕਦੇ ਹੋ ਅ ਅਫਸਰਸ਼ਹੀ ਜਾਂ ਸੀਐਮ ਦਰਮਿਆਨ ਇੱਕ ਕਿਸਮ ਦਾ ਟਕਰਾਵ ਪੈਦਾ ਹੋ ਰਿਹਾ ਹੈ ਵਿਧਾਨਕਾਰ ਵੀ ਉਸ ਕਾਲ ਚ ਇਨਵੋਲਵ ਹੋ ਰਹੇ ਨੇ ਉਹ ਵੀ ਨਾਖੁਸ਼ ਨੇ। ਬੇਸ਼ੱਕ ਮੁੱਖ ਮੰਤਰੀ ਨੇ ਉਸ ਇੱਕ ਟਕਰਾਵ ਨੂੰ ਟਾਲਣ ਲਈ ਮੁੱਖ ਖਤਰ ਦਾ ਵਿਭਾਗ ਬਦਲ ਕੇ اے ਬੀ ਨੂੰ ਪ੍ਰਸ਼ਾਦ ਨੇ ਸਾਡੇ ਇੱਕ ਅਧਿਕਾਰੀ ਸੀਨੀਅਰ ਉਹਨਾਂ ਨੂੰ ਦੇ ਦਿੱਤਾ ਹੈਗਾ ਪਰ ਤੁਸੀਂ ਕੀ ਸਮਝਦੇ ਹੋ ਕਿ ਮੁੱਖ ਮੰਤਰੀ ਨੂੰ ਇਹ ਜਿਹੜਾ ਇੱਕ ਟਕਰਾਵ ਦੀ ਸਥਿਤੀ ਪੈਦਾ ਹੋਈ ਹੈ ਇਹਨੂੰ ਟਾਲਣ ਲਈ ਹੋਰ ਕੀ ਕਰਨਾ ਚਾਹੀਦਾ ਹੈ ਜਾਂ ਕੀ ਕਰਨਾ ਲੋੜਿੰਦਾ ਹੈ ਕਿ ਇਹ ਹਾਲਾਤ ਜਿਹੜੇ ਨੇ ਇਹ ਨਾਰਮਲ ਹੋ ਸਕਣ ਕੋਈ ਇੱਕ ਤੇ ਹਰਕਵਲ ਜੀ ਮੇਰਾ ਇਹ ਮੰਨਣਾ ਹੈ ਕਿ ਚੰਦ ਤਿੰਨ ਚਾਰ ਬੰਦੇ ਨੇ ਜਿਨ੍ਹਾਂ ਦੇ ਹੱਥ ਵਿੱਚ ਕੰਪਲੀਟ ਪੰਜਾਬ ਦੀ ਪਾਵਰ ਹੈ ਬਿਊਰੋਕਰੇਸੀ ਦੀ ਇਹਨੂੰ ਡੀਸੈਂਟਰਲਾਈਜ਼ ਕਰਨ ਦੀ ਲੋੜ ਵੇਨੂ ਗੋਪਾਲ ਜੀ ਜਿਹੜੇ ਨੇ ਇਹਨਾਂ ਦੀ ਮੈਂ رائے ਸੁਣੀ ਹੈ ਕਿ ਹੀ ਇਸ ਅ ਗੁੱਡ ਆਫੀਸਰ ਪਰ ਤੁਸੀਂ ਵੇਖੋ ਇਹਨਾਂ ਕੋ ਹੁਣ ਮੌਜੂਦਾ ਸਰਕਾਰ ਦੇ ਵਿੱਚ ਪਾਵਰ ਸੈਕਟਰੀ ਵੀ ਇਹ ਨੇ ਇਹਨਾਂ ਕੋਲ ਬਾਈਨਿੰਗ ਦਾ ਵੀ ਕੰਮ ਇਹਨਾਂ ਦੇ ਕੋਲ ਹੈ ਇਹਨਾਂ ਕੋਲ ਇਰੀਗੇਸ਼ਨ ਦਾ ਜਿਹੜਾ ਮਹਿਕਮਾ ਉਹਨੂੰ ਨਵਾਂ ਨਾਂ ਪਤਾ ਵਾਟਰ ਮੈਨੇਜਮੈਂਟ ਕਿ ਕੀ ਦਿੱਤਾ ਉਹ ਵੀ ਉਹਨਾਂ ਕੋਲ ਹੈ ਵੇਖੋ ਇਰੀਗੇਸ਼ਨ ਦਾ ਐਡਾ ਵੱਡਾ ਮਹਿਕਮਾ ਹੈ ਉਹਨਾਂ ਕੋਲ ਪਾਵਰ ਦਾ ਈਡਾ ਵੱਡਾ ਵਿਭਾਗ ਹੈ ਉਹਨਾਂ ਕੋਲ ਮਾਈਨਿੰਗ ਦਾ ਈਡਾ ਵੱਡਾ ਜੀਓਲੋਜੀ ਦਾ ਈਡਾ ਵੱਡਾ ਵਿਭਾਗ ਹੈ ਉਹਨਾਂ ਕੋਲ ਹੁਣ ਜਿਸ ਵਿਭਾਗ ਵਿੱਚ ਬਹੁਤ ਤਰੱਦਦੀ ਲੋੜ ਹੈ ਇਹਨੂੰ ਪੈਰਾਂ ਸਿਰ ਖੜੇ ਕਰਨ ਵਾਸਤੇ ਕਿਉਂਕਿ 3 ਸਾਲ ਦਾ ਘਾਟਾ ਪੈਂਦਾ ਉਹ ਵੀ ਵੈਨੂ ਗੋਪਾਲ ਨੂੰ ਆਪਾਂ ਦੇ ਦਿੱਤਾ ਮੈਨੂੰ ਦੱਸੋ ਕੋਈ ਸੁਪਰਮੈਨ ਤੇ ਹੈ ਨਹੀਂ ਵੈਨੂ ਗੋਪਾਲ ਨੂੰ ਜੇ ਪੰਜ ਬੈਂਕ ਵਿੱਚ ਦੇ ਦਿੱਤੇ ਤੁਹਾਡੇ ਕੋਈ ਆਈਐਸ ਅਫਸਰ ਪੰਜਾਬ ਚ ਘੱਟੋ ਘੱਟ 200 ਹੋਏਗਾ ਅਸੀਂ ਕਿਉਂ ਨਹੀਂ ਉਹਨਾਂ ਤੇ ਫੇਤ ਰੱਖਦੇ ਸਾਰੇ ਅਈ ਇਸテム ਤਾਂ ਦੇ ਕਿ ਇੱਕੋ ਜਗ੍ਹਾ ਤੋਂ UPSC ਚੋਂ ਪਾਸ ਹੋਏ ਨੇ ਕੋਈ ਕਾਬਲੀਅਤ ਦੀ ਕਮੀ ਕੋਈ ਨਹੀਂ ਸਾਰੇ ਇਕੁਅਲੀ ਬ੍ਰਿਲੀਅੰਟ ਨੇ ਤੇ ਜੇ ਅਸੀਂ ਪਹਿਲੇ ਹੀ ਦੋ ਤਿੰਨ ਬੰਦਿਆਂ ਨੂੰ ਹੀ ਸਾਰੇ ਚਾਰਜ ਦੇ ਦੇਣੇ ਨੇ ਤੇ ਪੇਰਾ ਖਿਆਲ ਇਹਦੇ ਵਿੱਚ ਇੱਕ ਤੇ ਅਸੀਂ ਸ਼ੋਅ ਕਰਨੇ ਆ ਕਿ ਸਾਨੂੰ ਸਾਰੀ ਬਿਊਰੋਕ੍ਰੇਸੀ ਤੇ ਸਾਡਾ ਕੌਨਫੀਡੈਂਸ ਹੈ ਨਹੀਂ ਉਹਨਾਂ ਦੀ ਕੈਪੇਬਿਲਿਟੀਜ਼ ਤੇ ਕੌਨਫੀਡੈਂਸ ਹੈ ਨਹੀਂ ਮੇਰਾ ਅ ਪਰਸਨਲ ਖਿਆਲ ਹੈ ਕਿ ਇੱਕ ਮਹਿਕਮੇ ਤੋਂ ਵੱਧ ਕਿਸੇ ਵੀ ਸੈਕਟਰੀ ਕੋ ਇੱਕ ਤੋਂ ਵੱਧ ਮਹਿਕਮਾ ਨਹੀਂ ਹੋਣਾ ਚਾਹੀਦਾ ਤੇ ਹਰ ਮਹੀਨੇ ਅਚੀਵਮੈਂਟਸਰ ਨੂੰ ਹਰ ਡਿਪਾਰਟਮੈਂਟ ਦਾ ਓਵਰਆਲ ਜਿਹੜੀ ਉਹਦੀ ਵਰਕਿੰਗ ਹੈ ਉਹਦੀ ਉਹਦੀ ਕ੍ਰੈਡੀਬਿਲਟੀ ਹੈ ਉਹਦੇ ਤੌਰ ਤਰੀਕੇ ਹੈ ਉਹਨਾਂ ਨੂੰ ਪੈਰਾਮੀਟਰਸ ਦਿੱਤੇ ਹੁਣ ਕੇ ਪੈਰਾਮੀਟਰਸ ਜਿਹਨੂੰ ਅਸੀਂ ਅਚੀਵ ਕਰਨਾ ਹੈ ਉਹ ਚੀਜ਼ ਹੋਣੀ ਚਾਹੀਦੀ ਹੈ ਇੱਕ ਆਦਮੀ ਨੂੰ ਪੰਜ ਬਹਿਕਵੇਂ ਇਹੀ ਵੈਨੂ ਗੋਪਾਲ ਜੀ ਬਲੂ ਆਈਡ ਬੋਏ ਅਕਾਲੀ ਦਲ ਦੇ ਵੀ ਸੀ ਅਕਾਲੀ ਦਲ ਦੇ ਵਿੱਚ ਵੀ ਮੇਰਾ ਖਿਆਲ ਇਹਨਾਂ ਕੋਈ ਇਹੀ ਸਾਰੇ ਬਹਿਕਵੇਂ ਸੀ ਐਕਸਾਈਜ਼ ਐਂਡ ਟੈਕਸੇਸ਼ਨ ਪੰਜ ਸਾਲ ਰੇ ਹਾਊਸਿੰਗ ਇਹਨਾਂ ਕੋਰੀਆ کئی ਕਿਸਮ ਦੇ ਮਹਿਕਬੇ ਰਹੇ ਨੇ ਤੇ ਉਹਦਾ ਮਤਲਬ ਅਸੀਂ 2 3 4 ਬੰਦਿਆਂ ਤੋਂ ਇਲਾਵਾ ਸਾਡੇ ਕੋ ਕੋਈ ਬੰਦਾ ਐਫੀਸ਼ੀਐਂਟ ਹੈ ਨਹੀਂ ਕਿ ਐਫੀਸ਼ੀਐਂਸੀ ਦੀ ਕਮੀ ਹੈ ਜਾਂ ਇਹ ਸਾਰੇ ਦੇ ਸਾਰੇ ਜਿਹੜੇ ਯੂਪੀਐਸਸੀ ਪਾਸ ਕਰਕੇ ਨਹੀਂ ਲੱਗੇ ਕੋ ਕੰਟੈਕਟ ਤੇ ਲਾਏ ਬੰਦੇ ਨੇ ਜਾਂ ਤਾਂ ਕੰਟੈਕਟ ਤੇ ਲਾਏ ਹੁੰਦੇ ਜੀ ਸੋਚਦੇ ਨੇ ਕਿ ਨਹੀਂ ਜੀ ਇਹਨਾਂ ਚ ਉਹ ਨਹੀਂ ਕਾਬਲੀਅਤ ਹੈ ਨਹੀਂ ਇਨਾ ਵੱਡਾ ਪੈਰਾਫਰਨੀਲੀਆ ਇਨੀਆਂ ਤਨਖਾਵਾਂ ਸੈਂਟਰਲ ਗਵਰਨਮੈਂਟ ਇਨਾਂ ਨੂੰ ਦੇ ਰਹੀ ਹੈ ਗਵਰਨਮੈਂਟ ਆਫ ਪੰਜਾਬ ਅਸੀਂ ਪੇ ਕਰਨਾ ਇਨਾ ਇਹਨਾਂ ਨੂੰ ਪੈਰਾਫਰਨੀਲੀਆ ਸਟਾਫ ਦਿੱਤੇ ਗੱਡੀਆਂ ਦਿੱਤੀਆਂ ਘਰ ਦਿੱਤੇ ਨੇ ਸੈਕਟਰੀਅਟਰੀਅਲ ਚ ਕਮਰੇ ਦਿੱਤੇ ਨੇ ਜੀ ਇਹਨਾਂ ਦੀ ਅਸੀਂ ਇਸ ਲਿਆਕਤ ਨੂੰ ਇਸਤੇਮਾਲ ਨਹੀਂ ਨਹੀਂ ਕਰਨਾ ਤਾਂ ਮੇਰਾ ਖਿਆਲ ਹੈ ਇਹਦੇ ਵਿੱਚ ਵੱਡਾ ਕੰਮ ਇਹ ਹੈ ਕਿ ਇੱਕ ਇੱਕ ਸੈਕਟਰੀ ਨੂੰ ਇੱਕ ਇੱਕ ਵਿਭਾਗ ਦਾ ਉਹਨੂੰ ਟਾਰਗੇਟ ਅਚੀਵ ਕਰਨ ਦਾ ਮੌਕਾ ਦੋ ਉਹਦੇ ਕੋ ਕੰਮ ਲਓ ਜੇ ਕੋਈ ਕਮੀ ਪੇਸ਼ੀ ਹੈ ਤੇ ਫਿਰ ਤੁਝੇ ਆਦਮੀ ਨੂੰ ਕੰਮ ਦਿੱਤਾ ਜਾਏ ਇਹ ਮੈਂ ਸਮਝਦਾ ਇੱਕ ਵੱਡਿਆ ਕਾਰਨ ਹੈ ਐਂਡ ਇਹਦੇ ਵਿੱਚ ਵੀ ਇਹ ਜਿਹੜਾ ਹੈ ਹੀ ਵਿਲ ਨਾਟ ਬੀ ਏਬਲ ਟੂ ਡੂ ਜਸਟਿਸ ਚੰਗਾ ਆਦਮੀ ਵੀ ਹੋਏਗਾ ਮੈਨੂੰ ਦੱਸੋ ਪੰਜ ਬੈਕ ਵੀ ਤਾਂ ਕਿਸ ਤਰ੍ਹਾਂ ਐਂਦੇ ਪੰਜੋ ਬੈਕ ਵੀ ਆਏ ਹੋ ਜਿਹਨੇ ਜਿਹੜੇ ਮੈਜੋਰਿਟੀ ਸੀਐਮ ਸਾਹਿਬ ਕੋਲ ਅਜੇ ਤੇ ਤੁਹਾਨੂੰ ਪਤਾ ਪਾਵਰ ਦੇ ਵਿੱਚ ਵੀ ਕਿੰਨਾ ਵਾਵਲਾ ਸੀ ਇਸ ਤੋਂ ਪਹਿਲੇ ਕਿ ਜਿਹੜੇ ਅਕਾਲੀ ਦਲ ਵੇਲੇ ਜਿਹੜੇ ਇਹਨਾਂ ਨੇ ਬਾਹਰਲੇ ਥਰਮਲ ਪਲਾਂਟ ਲਾਏ ਨੇ ਜਿੰਨਾਂ ਤੋਂ ਅਸੀਂ ਬਹੁਤ ਮਹਿੰਗੇ ਭਾਅ ਤੇ ਬਿਜਲੀ ਲੈਣੇ ਆ ਉਦੋਂ ਅਜੇ ਮੈਂ ਵੀ ਲੋੜ ਆ ਪਾਇਆ ਮੈਂਬਰਸ ਆਫ ਪਾਰਲੀਮੈਂਟ ਨੇ ਕਿਹਾ ਐਮ ਐਲ ਏ ਨੇ ਕਿਹਾ ਜਾਖੜ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਪੀ 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 ਅਸੀਂ ਜਿੰਨੇ ਇਹਨਾਂ ਦੇ ਨਾਲ ਐਗਰੀਮੈਂਟਸ ਕੀਤੇ ਕੈਨਸਲ ਕੀਤੇ ਜਾਣ ਅਸੀਂ ਸੈਂਟਰਲ ਗ੍ਰਿਡ ਚੋਂ ਬਿਜਲੀ ਲਈਏ ਜਿੱਥੋਂ ਸਾਨੂੰ ਸਸਤੀ ਬਿਜਲੀ ਮਿਲਦੀ ਹੈ ਅਸੀਂ ਇੰਨੀ ਮਹਿੰਗੀ ਬਿਜਲੀ ਲੈ ਕੇ ਤੇ ਪੰਜਾਬ ਦਾ ਤੇ ਅੱਕੇ ਤੁਸੀਂ ਵੇਖਿਆ ਹਾਲ ਕੀ ਹੈ ਇੱਥੇ ਤੇ ਸਾਡੇ ਕੋ ਤਨਖਾਹਾਂ ਦੇਣ ਜੋਗੇ ਪੈਸੇ ਜਿਹੜੇ ਨੇ ਇਹ ਤੇ ਪੈਨਸ਼ਨਾਂ ਦੇਣ ਜੋਗੇ ਸਾਡੇ ਕੋ ਪੈਸੇ ਐ ਨਹੀਂ ਅਸੀਂ ਇਸ ਤਰ੍ਹਾਂ ਕਿਸਤਰਾ ਪੈਸਾ ਲੁੱਟਾ ਸਕਦੇ ਹਾਂ ਸੋ ਮੇਰਾ ਇਹ رائے ਹੈ ਕਿ ਬੈਟਰ ਯੂਟਿਲਾਈਜੇਸ਼ਨ ਆਫ ਦੀ ਆਰਮੀ ਇਹ ਸਾਨੂੰ ਕਰਨੇ ਹੋਰ ਕੋਈ ਤੁਸੀਂ ਸਮਝਦੇ ਹੋ ਕਿ ਇਸ ਟਕਰਾਵ ਨੂੰ ਖਤਮ ਕਰਨ ਲਈ ਕੋਈ ਹੋਰ ਸਟੈਪਸ ਲੈਣ ਦੀ ਦੇਖੋ ਇੱਕ ਮੈਂ ਸਮਝਣਾ ਕਿ ਇਮੀਡੀਏਟਲੀ ਚੀਫ ਸੈਕਟਰੀ ਸਾਹਿਬ ਨੂੰ ਮਾਰਚਿੰਗ ਆਰਡਰਸ ਦੇ ਦੇਣੇ ਚਾਹੀਦੇ ਨੇ ਜਾਂ ਉਹਨਾਂ ਨੂੰ ਲੌਂਗ ਲੀਵ ਤੇ ਖਲਾ ਦੇਣਾ ਚਾਹੀਦਾ ਹੈ ਇੱਕ ਆਦਮੀ ਦੋ ਆਦਮੀਆਂ ਦੇ ਹੱਥ 'ਚ ਕਨਸੈਂਟਰੇਸ਼ਨ ਆਫ ਪਾਵਰ ਨਹੀਂ ਚਾਹੀਦੀ ਜੇ ਕਨਸੈਂਟਰੇਸ਼ਨ ਆਫ ਪਾਵਰ ਹੋਏਗੀ ਤੇ ਉਹਦੇ ਵਿੱਚ ਵੈਸਟਡ ਇੰਟਰਸਟ ਆਣਗੇ ਜੋ ਵੈਸਟਡ ਇੰਟਰਸਟ ਆਣਗੇ ਤੇ ਸੂਬੇ ਦਾ ਨੁਕਸਾਨ ਹੋਏਗਾ ਤੇ ਸਰਕਾਰ ਦਾ ਨੁਕਸਾਨ ਹੋਏਗਾ ਤੇ ਵੱਡਾ ਨੁਕਸਾਨ ਜਿਹੜਾ ਉਸ ਸਰਕਾਰ ਨੂੰ ਹੈਡ ਕਰਦਾ ਉਹਦੀ ਇਮੇਜ ਨੂੰ ਹੋਏਗਾ ਤੋਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ رائے ਦੇਣਾ ਚਾਹਨਾ ਕਿ ਕੈਪਟਨ ਸਾਹਿਬ ਬਹੁਤ ਮੁਸ਼ਕਲ ਨਾਲ ਬਹੁਤ ਤਰਦਦ ਦੇ ਨਾਲ ਬੜੀਆਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਅਸੀਂ ਆਪਣੀ ਸਰਕਾਰ ਬਣਾਈਏ ਇਹਦਾ ਧਿਆਨ ਕਰੀਏ 2 ਸਾਲ ਚ ਵੀ ਜੇ ਅਸੀਂ ਸੁਚੱਜੇ ਢੰਗ ਨਾਲ ਚਲਾਈਏ ਤਾਂ ਹੋ ਸਕਦਾ ਹੈ ਪੰਜਾਬ ਨੂੰ ਇੱਕ ਨਵਾਂ ਮੋੜਾ ਅਸੀਂ ਦੇ ਦੇਣ ਚ ਕਾਮਯਾਬ ਹੋ ਜਾਈਏ ਮਾ ਜੋ ਸਭ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਬਹੁਤ ਚੰਗੇ ਆਪਣੇ ਵਿਚਾਰ ਪੇਸ਼ ਕੀਤੇ ਨੇ ਅਸੀਂ ਤੁਹਾਡੇ ਧੰਨਵਾਦੀ ਹਾਂ ਥੈਂਕ ਯੂ ਥੈਂਕ ਯੂ ਆਰਕਵਲ ਜੀ ਵਿਖੋ ਬੜੇ ਮਾਨ ਵਾਲੀ ਗੱਲ ਹੈ ਤੁਹਾਡਾ ਚੈਨਲ ਜਿਹੜਾ ਵੈਬਸਾਈਟ ਹੈ ਅਜੀਤ ਅਖਬਾਰ ਹੈ ਇਹ ਹਮੇਸ਼ਾ ਪੰਜਾਬ ਦੀ ਵਿਊਜ਼ ਦੀ ਤਰਜਮਾਨੀ ਕਰਦਾ ਹੈ ਤਾਂ ਇਹ ਮੇਰੇ ਵਾਸਤੇ ਬੜੀ ਆਨਰ ਵਾਲੀ ਗੱਲ ਹੈ ਕਿ ਬਹੁਤ ਵੱਡੇ ਲੈਵਲ ਤੇ ਜਿਹੜੇ ਤੁਹਾਡੇ ਪੜਨ ਵਾਲੇ ਨੇ ਜਿਹੜੇ ਤੁਹਾਡੇ ਵੈਬਸਾਈਟ ਨੂੰ ਸੁਣਨ ਵਾਲੇ ਲੋਕ ਨੇ ਉਹਨਾਂ ਨਾਲ ਵੀ ਤੁਸੀਂ ਮੈਨੂੰ ਮੌਕਾ ਦਿੱਤਾ ਮੈਂ ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕਰ ਸਕਿਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਥੈਂਕ ਯੂ ਥੈਂਕ ਯੂ